ਜਦੋਂ ਪ੍ਰੈਗਨੈਂਟ ਸੀਗੀ ਨੀ ਇੰਨੀ ਰੋਟੀ ਵੀ ਬਣਾਉਣੀ ਛੱਡੀ ਸੀ ਕਹਿੰਦੀ ਸੀ ਮੇਰੇ ਕੋਲ ਬੰਦੀ ਨਹੀਂ ਮੇਰੇ ਕੋਲ ਹੁੰਦਾ ਹੀ ਕੁਛ ਨਹੀਂ सो हे गाइज वेलकम बैक टू आर चैनल आई होप तुसी सारे बहुत वधिया हो गए। हाँ जी हाँ जी असी दोवें माँ पुत्र एकदम वधिया तुहाडे प्यार ते तुहाडे दुआ दे नाल। फर्स्ट ऑफ ऑल आपां दोवें तुहानूं सारिआं नूं थैंक यू कहना चाहुंदे आ। 425K सबसक्राइबर साढ़े 25 सबसक्राइबर अज कंप्लीट हो गए एंड थैंक यू सो मच गाइज इन्ना ज़्यादा प्यार ते इन्नी ज़्यादा रिस्पैक्ट देने लई। सो फर्स्ट ऑफ ऑल तुहानूं सारिआं नूं अज दा व्लॉग आपां बिना किसी रोकण तों शुरू करदे आ। तुहानूं सारिआं नूं पहला दसना चाहुंदा कि जिहड़े जिहड़े कमेंट बॉक्सां दे विच हेटर्स ने इह वीडियो स्पैशल होना लई है स्पैशल क्योंकि उन्होंने कमेंट पढ़ के मेरे मदर थोड़े जे एक तो मैंटली अपसैट हो जाते उदास हैं। वो सारे जने उन्होंने लगता कि वह कुड़ी सही है पर इदा का कुछ नहीं है। आपू सारे आप इस वीडियो का रिप्लाई देने आए हैं। एक रिप्लाई वीडियो है हमेशा जो भी कॉन्ट्रोवर्सी चलती है ना कॉन्ट्रोवर्सी दो भागों में होती है एक बंदा गलत हों एक सही हों है ना ते इस करके कभी भी एक बंदे की गल सुन के डिसीजन ना लो कि वो राइट है दूसरा बंदा गलत है या फिर वो रोंदा पिया वो सही होएगा। हां ते दोनों पक्षों की गल सुनने तो बाद ही डिसीजन लो। ਆਪਾਂ ਮਤਲਬ ਕਿਤੇ ਨਾ ਕਿਤੇ ਮੈਂ ਇਸ ਚੀਜ਼ ਨੂੰ ਇਗਨੋਰ ਕਰਦੀ ਪਈ ਸੀ। ਇਗਨੋਰ ਇਸ ਕਰਕੇ ਕਰਦੀ ਪਈ ਸੀ ਕਿਉਂਕਿ ਸਾਡੇ ਘਰ ਦੀ ਗੱਲ ਘਰ ਦੀ ਫੈਮਿਲੀ ਦੇ ਰਿਕਾਰਡਿੰਗ ਗੱਲਾਂ ਨੇ ਕੁਝ ਪਰਸਨਲ ਗੱਲਾਂ ਨੇ ਮੈਂ ਨਹੀਂ ਚਾਹੁੰਦੀ ਸੀ ਕਿ ਸਾਡੇ ਘਰ ਦੀਆਂ ਗੱਲਾਂ ਬਾਹਰ ਨਿਕਲਣ। ਹਾਂ ਇਹ ਚੀਜ਼ ਕੋਈ ਵੀ ਕੁਐਸਚਨ ਪੁੱਟ ਹੋਣੀ ਆ ਹੁਣ ਮੈਨੂੰ ਕਿ ਤੁਸੀਂ ਹੁਣ ਜੇ ਲੱਗੇ ਦੱਸਾਂ ਤੁਸੀਂ ਉਦੋਂ ਕਿਉਂ ਨਹੀਂ ਆਏ। ਸੋ ਇਹਦਾ ਵੀ ਜਵਾਬ ਮੈਂ ਤੁਹਾਨੂੰ ਹੁਣੇ ਦੇਦਾ ਕਿ ਜਦੋਂ ਇੱਕ ਕੰਟਰੋਵਰਸੀ ਹੁੰਦੀ ਨਾ ਮੀਡੀਆ ਵਿੱਚ ਲੋਕਾਂ ਵਿੱਚ ਉਹਦੇ ਵਿੱਚ ਜਦੋਂ ਦੋਨੇ ਪੱਖ ਆਮਣੋ ਸਾਹਮਣਾ ਹੁੰਦੇ ਨਾ ਉਹਦੇ ਵਿੱਚ ਉਹਨਾਂ ਦੇ ਘਰ ਦਾ ਨੁਕਸਾਨ ਹੁੰਦਾ ਤੇ ਦੁਨੀਆ ਮਜ਼ੇ ਲੈਂਦੀ ਹੈ। ਇਸ ਕਰਕੇ ਅਗਰ ਇੱਕ ਬੰਦੇ ਦਾ ਦਿਮਾਗ ਥੋੜਾ ਘੱਟ ਕੰਮ ਕਰਦਾ ਪਿਆ ਨਾ ਤੇ ਕਿਤੇ ਨਾ ਕਿਤੇ ਇੱਕ ਇਨਸਾਨ ਨੂੰ ਥੋੜੀ ਸਮਝਦਾਰੀ ਦਿਖਾਣੀ ਪੈਂਦੀ ਹੈ। ਸੋ ਇਸ ਟਾਈਮ ਤੇ ਏਜ 'ਚ ਖੜੇ ਆ ਅਗਰ ਇੱਕ ਬੱਚਾ ਗਲਤੀ ਕਰ ਰਿਹਾ ਤੇ ਅਸੀਂ ਉਹਦੇ ਮਾਪਿਓ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ। ਸਪੋਜ਼ ਅਗਰ ਮੇਰਾ ਅੰਕੂ ਜਾਂਚੂ ਕੋਈ ਗਲਤੀ ਕਰਦੇ ਆ ਤੇ ਮੇਰਾ ਫਰਜ਼ ਇਹ ਨਹੀਂ ਹੈਗਾ ਕਿ ਦੁਨੀਆ ਵਿੱਚ ਜਾ ਕੇ ਉਹਨਾਂ ਨੂੰ ਮੈਂ ਮਾੜਾ ਚੰਗਾ ਕਮਾਂ ਜਾਂ ਗਲਤ ਬੋਲਾਂ। ਮੇਰਾ ਫਰਜ਼ ਇਹ ਬਣਦਾ ਕਿ ਆਪਣੇ ਬੱਚੇ ਦਾ ਜਦੋਂ ਤੱਕ ਮਾਈਂਡ ਸੈਟਅਪ ਨਹੀਂ ਹੁੰਦਾ ਥੋੜੇ ਕਾਮ ਡਾਊਨ ਨਹੀਂ ਹੁੰਦੇ ਘਰ ਆਣ ਤੇ ਮੈਂ ਉਹਨਾਂ ਨੂੰ ਬੈਠ ਕੇ ਸਮਝਾਵਾਂ। ਇਸੇ ਤਰੀਕੇ ਨਾਲ ਮੈਂ ਉਸ ਬੇਟੀ ਨੂੰ ਬੱਚੀ ਨੂੰ ਮੈਂ ਕੁਝ ਨਹੀਂ ਕਿਹਾ ਲੇਕਿਨ ਅਗਰ ਚਾਹੁੰਦੀ ਤਾਂ ਉਸ ਟਾਈਮ ਵੀ ਬਹੁਤ ਸਾਰੇ ਗੱਲਾਂ ਸੀਗੀਆਂ ਜਲੂਸ ਨਿਕਲ ਸਕਦਾ ਸੀ ਲੇਕਿਨ ਨਹੀਂ। ਰੀਜ਼ਨ ਕੀ ਸੀ ਕਿਉਂਕਿ ਮੈਂ ਕਰਮਾਂ ਤੇ ਬਹੁਤ ਵਿਸ਼ਵਾਸ ਕਰਦੀ ਹਾਂ। ਮੈਂ ਉਸ ਮਹਾਮਾਈ ਦੇ ਅੱਗੇ ਹਾਜ਼ਰ ਨਾਜ਼ਰ ਹੋ ਕੇ ਕਹਿੰਦੀ ਹਾਂ ਕਿ ਇਸ ਚੀਜ਼ ਨੂੰ ਮੈਂ ਬਹੁਤ ਹੀ ਸੀਰੀਅਸ ਲੈ ਕੇ ਚੱਲਣੀ ਹੈ ਕਿ ਅਗਰ ਮੈਂ ਕਿਸੇ ਨਾਲ ਗਲਤ ਕਰਾਂਗੀ ਤੇ ਕਿਤੇ ਨਾ ਕਿਤੇ ਮੇਰੇ ਅੱਗੇ ਆਣਾ ਜਾਂ ਮੇਰੇ ਬੱਚਿਆਂ ਦੇ ਅੱਗੇ ਆਣਾ ਹਨਾ। ਤੇ ਮੈਂ ਉਸ ਚੀਜ਼ ਨੂੰ ਬਹੁਤ ਕੰਟਰੋਲ ਕਰਕੇ ਉਹ ਟਾਈਮ ਇਗਨੋਰ ਕੀਤਾ। ਸੋ ਅੱਜ ਉਸੇ ਰਿਲੇਟਡ ਮੈਂ ਕੁਝ ਗੱਲਾਂ ਕੁਝ ਸੱਚਾਈ ਤੁਹਾਨੂੰ ਸਾਹਮਣੇ ਲੈ ਕੇ ਆਣੀ ਹੈ ਕਿਉਂਕਿ ਮੈਂ ਆਪਣੇ ਚਾਹਣ ਵਾਲੇ ਦਾ ਹੱਥ ਜੋੜ ਕੇ ਥੈਂਕ ਯੂ ਕਰਦੀ ਹਾਂ ਦਿਲ ਤੋਂ ਕਿ ਤੁਸੀਂ ਮੈਨੂੰ ਬਹੁਤ ਇੱਜ਼ਤ ਬਹੁਤ ਪਿਆਰ ਦਿੱਤਾ। ਇੰਸਟਾਗ੍ਰਾਮ ਤੇ ਵੀ ਕੁਝ ਲੋਕਾਂ ਨੂੰ ਇਹ ਨਹੀਂ ਕਿ ਉਹਨੂੰ ਮੀਡੀਆ ਵਿੱਚ ਬੋਲਿਆ ਉਸ ਕੁੜੀ ਨੇ ਮੀਡੀਆ ਵਿੱਚ ਨਹੀਂ ਇੰਸਟਾਗ੍ਰਾਮ ਤੇ ਜੋ ਮੇਰੇ ਫੋਲੋਵਰਸ ਨੇ ਉਹਨਾਂ ਨੂੰ ਲਾਈਵ ਜਿਹੜੇ ਲੋਕੀ ਲਾਈਵ ਹੁੰਦੇ ਉਹ ਲਾਈਵ ਵਿੱਚ ਜਾ ਕੇ ਉਹ ਮੇਰੇ ਵੱਲੋਂ ਬਹੁਤ ਮਾੜਾ ਚੰਗਾ ਗਿਆ ਤੇ ਮੈਂ ਉਹਨਾਂ ਨੂੰ ਵੀ ਇਹ ਆਖਿਆ ਟਾਈਮ ਆਉਂਦੇ ਸਭ ਕੁਝ ਹੋਏਗਾ। ਫਿਲਹਾਲ ਇਸ ਟਾਈਮ ਤੇ ਮੈਂ ਨਹੀਂ ਚਾਹਦੀ ਮੇਰੇ ਘਰ ਦੀ ਇਨਸਲਟ ਹੋਏ ਕਿਉਂਕਿ ਘਰ ਦੀ ਪ੍ਰਾਈਵੇਸੀ ਘਰ ਦੇ ਕੁਝ ਗੱਲਾਂ ਅਸੀਂ ਸੋਸ਼ਲ ਮੀਡੀਆ ਤੇ ਨਹੀਂ ਲੈ ਕੇ ਆਣਾ ਚਾਹੁੰਦੇ। ਸੋ ਆਪਾਂ ਅੱਜ ਉਸ ਵੀਡੀਓ ਜਿਨ੍ਹਾਂ ਨੇ ਫੇਸਬੁੱਕ ਤੇ ਵੀਡੀਓ ਦੇਖੀ ਹੋਣੀ ਹੈ ਜਾਂ ਜਿਨ੍ਹਾਂ ਨੇ ਹਜੇ ਦੇਖਣੀ ਹੈ ਸਭ ਤੋਂ ਪਹਿਲਾਂ ਜਿਹੜੇ ਨਵੇਂ ਸਬਸਕ੍ਰਾਈਬਰ ਉਹਨਾਂ ਨੂੰ ਨਹੀਂ ਪਤਾ ਕਿਸੇ ਵੀ ਕੰਟਰੋਵਰਸੀ ਦਾ ਤੁਸੀਂ ਪਲੀਜ਼ 2-4 ਵੀਡੀਓ ਪਿੱਛੇ ਕੰਟਰੋਵਰਸੀ ਦਾ ਵੀ ਪਤਾ ਲੱਗ ਜਾਏਗਾ ਕਿਸ ਰਿਲੇਟਡ ਗੱਲ ਹੋ ਰਹੀ ਹੈ। ਆਪਾਂ ਵਲੌਗ ਅੱਜ ਦਾ ਸ਼ੁਰੂ ਕਰਦੇ ਹਾਂ। ਵਲੌਗ ਜ਼ਿਆਦਾ ਲੰਬਾ ਨਾ ਹੋਏ ਤੁਹਾਡੇ ਸਾਰਿਆਂ ਦਾ ਜ਼ਿਆਦਾ ਆਪਾਂ ਟਾਈਮ ਨਾ ਲਈਏ ਤਾਂ ਆਪਾਂ ਵਲੌਗ ਨੂੰ ਕਰਦੇ ਹਾਂ ਸ਼ੁਰੂ। ਸੋ ਇਹ ਵੀਡੀਓ ਤੁਸੀਂ ਤੁਹਾਡੇ ਵਿੱਚੋਂ ਕਈਆਂ ਨੇ ਦੇਖੀ ਹੋਈ ਆ ਹੋ ਸਕਦਾ ਕੋਈ ਨਵੇਂ ਸਬਸਕ੍ਰਾਈਬਰ ਹੋਣ ਜਿਨ੍ਹਾਂ ਨੇ ਨਹੀਂ ਦੇਖੀ ਹੋਏ ਤੇ ਉਹਨਾਂ ਨੂੰ ਮੈਂ ਇਸ ਚੀਜ਼ ਦਾ ਰਿਪਲਾਈ ਦੇਣਾ ਚਾਹੁੰਦੀ ਹਾਂ। ਸੋ ਜਿਹੜੇ ਕਮੈਂਟਾਂ ਦੇ ਵਿੱਚ ਫੇਸਬੁੱਕ ਤੇ ਲਿੰਕ ਭੇਜਦੇ ਪਏ ਸੀਗੇ ਕਿ ਇਹ ਵੀਡੀਓ ਆ ਬੜੀ ਵਾਇਰਲ ਹੋਣੀ ਤੁਹਾਡੀ ਫੈਮਿਲੀ ਦੀ ਇਹ ਉਹ ਇਹ ਦਿਨਾਂ ਦੇ ਵਿੱਚ ਲਾਸਟ ਵੀਕ ਦੇ ਵਿੱਚ ਬਹੁਤ ਜ਼ਿਆਦਾ ਹਾਈਲਾਈਟ ਸੀਗੀ ਫੇਸਬੁੱਕ ਦੇ ਵਿੱਚ ਅੱਜ ਦੀ ਡੇਟ ਵਿੱਚ ਵੀ ਹੈਗੀ ਆ ਅੱਜ ਵੀ ਚੱਲਦੀ ਪਈ ਹੈ। ਸੋ ਆਪਾਂ ਪਹਿਲਾਂ ਦੱਸਦੇ ਹਾਂ ਵਲੌਗ ਨੂੰ ਆਪਾਂ ਸ਼ੁਰੂ ਕਰਦੇ ਹਾਂ। ਇੱਧਰ ਆਓ ਸੁਣੋ। ਮੇਰੀ ਮੈਰਿਜ ਹੋਈ ਸੀ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਆਪਣੇ ਘਰੇ ਲੈ ਕੇ ਗਏ ਔਰ ਇੱਥੋਂ ਚੁੰਨੀ ਚੜਾ ਕੇ ਲੈ ਕੇ ਗਏ ਫੇਰੇ ਉੱਥੇ ਹੋਏ ਸੀ ਮੇਰੇ। ਬਿਲਕੁਲ ਸਹੀ ਬੋਲ ਰਹੀ ਹੈ ਇਹਨੂੰ ਚੁੰਨੀ ਚੜਾ ਕੇ ਲੈ ਕੇ ਆਏ ਸੀ। ਤੁਸੀਂ ਫੋਟੋ ਦੇਖ ਸਕਦੇ ਹੋ ਆਲਰੇਡੀ ਇਹ ਪਹਿਲਾਂ ਹੀ ਸਾਡੇ ਘਰੇ ਆ ਚੁੱਕੀ ਹੈ ਸਾਨੂੰ ਚੰਗੀ ਤਰ੍ਹਾਂ ਜਾਣਦੀ ਸੀਗੀ ਤੇ ਇਹਨੂੰ ਚੁੰਨੀ ਚੜਾ ਕੇ ਇਸ ਕਰਕੇ ਲੈ ਕੇ ਆਏ ਸੀ ਕਿ ਇਹ ਕਹਿੰਦੀ ਸੀ ਕਿ ਮੇਰੀ ਫੈਮਿਲੀ ਇਹ ਇੰਨਾ ਅਫੋਰਡ ਨਹੀਂ ਕਰ ਸਕਦੇ। ਸੈਕਿੰਡ ਇਹਦੇ ਇਹਨੂੰ ਮੈਂ 10 ਦਿਨ ਪਹਿਲਾਂ ਲੈ ਕੇ ਆਈ। 18 ਤਰੀਕ ਦੀ ਇਹਦੀ ਮੈਰਿਜ ਸੀਗੀ ਜੋ ਕਿ ਜਲੰਧਰ ਦੇ ਵਿੱਚ ਹੀ ਖੁਦ ਅਸੀਂ ਕੀਤੀ ਹੈ। ਸਾਰਾ A to Z ਸਾਰਾ ਖਰਚਾ ਇਹਦੀ ਫੈਮਿਲੀ ਦਾ ਵੈਲਕਮ ਅਸੀਂ ਕੀਤਾ ਹੈ। ਇਹ ਫੋਟੋਜ਼ ਵੀ ਤੁਸੀਂ ਦੇਖ ਸਕਦੇ ਹੋ ਜਿਹਦੇ ਵਿੱਚ ਇਹਦਾ ਕੰਨਿਆਦਾਨ ਵੀ ਮੈਂ ਕੀਤਾ ਹੈ। ਸੋ ਹੁਣ ਅੱਗੇ ਚੱਲਦੇ ਹਾਂ। ਉੱਥੇ ਜਾ ਕੇ ਜਿੱਦਾਂ ਮੈਨੂੰ ਅੰਦਰ ਕਮਰਿਆਂ 'ਚ ਬੰਦ ਕਰ ਦੇਣਾ ਘਰ ਬੰਦ ਕਰਕੇ ਚਲੇ ਜਾਣਾ ਬਾਹਰ ਨਹੀਂ ਕੱਢਣਾ ਹਸਬੈਂਡ ਦੇ ਨਾਲ ਬਾਹਰ ਨਹੀਂ ਕੱਢਣਾ। ਇਹਦੇ ਵਿੱਚ ਮੈਡਮ ਜੀ ਬੋਲ ਰਹੇ ਨੇ ਕਿ ਮੈਨੂੰ ਇੱਥੋਂ ਲੈ ਕੇ ਗਏ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਘਰ ਦੇ ਵਿੱਚ ਬੰਦ ਕਰਤਾ ਕਮਰਿਆਂ ਵਿੱਚ ਬੰਦ ਕਰਕੇ ਰੱਖਿਆ ਬਾਹਰ ਨਹੀਂ ਨਿਕਲਣ ਦਿੱਤਾ ਹਸਬੈਂਡ ਨਾਲ ਕਿਤੇ ਬਾਹਰ ਨਹੀਂ ਜਾਂਦਾ। ਸੋ ਤੁਸੀਂ ਖੁਦ ਦੇਖ ਸਕਦੇ ਹੋ ਜਿੱਦਾਂ ਕਿ ਇਹ ਮੈਡਮ ਨੇ ਕਿਹਾ ਕਿ ਮੈਨੂੰ ਅੰਦਰ ਬੰਦ ਕਰਕੇ ਰੱਖਦੇ ਸੀਗੇ ਤੇ ਇਹ ਮੈਰਿਜ ਤੋਂ ਆਈ ਥਿੰਕ ਹਫ਼ਤੇ ਬਾਅਦ ਬਾਹਰ ਘੁੰਮਣ ਫਿਰਨ ਗਏ ਹੈ। ਘੁੰਮਣ ਫਿਰਨ ਤੋਂ ਬਾਅਦ ਇਹ ਘਰ ਆ ਕੇ ਬਾਹਰ ਖਾਣਾ ਖਾਣ ਵੀ ਜਾ ਰਹੇ ਨੇ ਮੂਵੀਜ਼ ਵੀ ਦੇਖਣ ਜਾ ਰਹੇ ਨੇ
ਇਨਵਿਟ ਕੀ ਇਹਦੇ ਬਰਥਡੇਸ ਇਹਦੇ ਜਿੰਨੇ ਵੀ ਮਤਲਬ ਫੰਕਸ਼ਨ ਆ ਰਹੇ ਨੇ ਹਰ ਜਗ੍ਹਾ ਤੇ ਸਾਡੇ ਨਾਲ ਸ਼ਾਮਿਲ ਹੈ। ਸੈਕਿੰਡ ਇਹਨੇ ਵਿੱਚ ਗੱਲ ਬੋਲੀ ਹੈ ਕਿ ਮੈਨੂੰ ਕਿਤੇ ਵੀ ਸ਼ੋਅ ਨਹੀਂ ਸੀ ਕਰਦੀ, ਠੀਕ ਹੈ, ਅਤੇ ਤੁਹਾਡੇ ਸਾਹਮਣੇ ਫੋਟੋਜ਼ ਹੈਗੀਆਂ ਨੇ, ਫੋਟੋਜ਼ ਵਿੱਚ ਦੇਖੋ ਮੈਂ ਫੇਸਬੁੱਕ ਆਪਣੀ ਫੇਸਬੁੱਕ ਪੋਸਟ ਤੁਸੀਂ ਚੈੱਕ ਕਰ ਸਕਦੇ ਹੋ ਮੇਰੀ, ਜਿਹਦੇ ਵਿੱਚ ਜਿੱਥੇ ਮੈਂ ਆਪਣੀ ਸਾਰੀ ਫੈਮਿਲੀ ਦੀ ਫੋਟੋ ਪਾਈਆਂ ਹੋਈਆਂ ਅਤੇ ਇਹਦੀਆਂ ਵੀ ਨਾਲ ਹੈ ਮੇਰੇ ਬ੍ਰਦਰ ਦੇ ਨਾਲ ਫੋਟੋਜ਼ ਵੀ ਪਾਈਆਂ ਹੋਈਆਂ। ਸੋ ਦੂਜੀ ਗੱਲ ਸੁਣੋ ਮੈਡਮ ਜੀ ਦੀ, ਜਦੋਂ ਮੇਰਾ ਵਿਆਹ ਹੋਇਆ ਥੋੜ੍ਹਾ ਟਾਈਮ ਇਹਨਾਂ ਨੇ ਠੀਕ ਰੱਖਿਆ, ਲਾਈਕ ਤੁਸੀਂ ਲਗਾ ਸਕਦੇ ਹੋ 25-25 ਮਹੀਨਾ ਕੁ ਦਿਨ, ਉਸ ਤੋਂ ਬਾਅਦ ਇਹਨਾਂ ਨੇ ਹੌਲੀ ਹੌਲੀ ਮੈਨੂੰ ਮੈਂਟਲੀ ਹਰਾਸਮੈਂਟ ਸ਼ੁਰੂ ਕਰਤੀ ਅਤੇ ਓਕੇ ਜੀ ਇਹਨਾਂ ਨੇ ਵੱਧ ਤੋਂ ਵੱਧ 25-30 ਦਿਨ ਸਾਨੂੰ ਮੈਨੂੰ ਠੀਕ ਰੱਖਿਆ, ਉਸ ਤੋਂ ਬਾਅਦ ਇਹਨਾਂ ਮੈਨੂੰ ਮੈਂਟਲੀ ਹਰਾਸ ਕਰਨਾ ਸ਼ੁਰੂ ਕਰਤਾ। ਸੋ ਤੁਸੀਂ ਦੇਖ ਸਕਦੇ ਹੋ ਫੋਟੋਆਂ, ਤੁਸੀਂ ਦੇਖ ਸਕਦੇ ਹੋ ਜਿੰਨੀਆਂ ਫੋਟੋ ਆ ਰਹੀਆਂ ਤੁਸੀਂ ਸਾਰੇ ਵੀਡੀਓ ਵੀ ਹੈਗੀਆਂ, ਅਸੀਂ ਵਲੌਗ ਜ਼ਿਆਦਾ ਲੰਬਾ ਨਹੀਂ ਖਿੱਚ ਸਕਦੇ, ਨਹੀਂ ਤਾਂ ਇਸ ਤੋਂ ਇਲਾਵਾ ਵੀ ਬਹੁਤ ਕੁਝ ਹੈ ਸਾਡੇ ਕੋਲ ਜਿਹਦੇ ਵਿੱਚ ਫੋਟੋਜ਼ ਵਿੱਚ ਦੇਖੋ ਕਿ ਇਹ ਕਿੰਨੀ ਕੁ ਮੈਂਟਲੀ ਹਰਾਸ ਲੱਗ ਰਹੀ ਹੈ, ਵੀਡੀਓਜ਼ ਵਿੱਚ ਦੇਖੋ ਨੱਚ ਟੱਪ ਰਹੀ ਹੈ ਕਿ ਕਿੰਨੀ ਕੁ ਇਹਨੂੰ ਆਪਾਂ ਅੰਦਰ ਕਮਰਿਆਂ ਵਿੱਚ ਬੰਦ ਕੀਤਾ ਹੋਇਆ ਅਤੇ ਕਿੰਨਾ ਕੁ ਇਹਨੂੰ ਮੈਂਟਲੀ ਟੋਰਚਰ ਕੀਤਾ ਹੋਇਆ। ਚਲੋ ਜੀ ਅੱਗੇ ਦੇਖੋ ਅੱਗੇ ਕੀ ਕਹਿ ਰਹੇ ਆ। ਅਤੇ ਉਹ ਤੋਂ ਬਾਅਦ ਮੇਰਾ ਬੱਚਾ ਕਨਸੀਵ ਹੋਇਆ ਅਤੇ ਬੱਚਾ ਕਨਸੀਵ ਕਰਨ ਦੇ ਵਿੱਚ ਵੀ ਇਹਨਾਂ ਨੂੰ ਇਹ ਸੀਗਾ ਕਿ ਅਸੀਂ 15-15 ਸਾਲਾਂ ਦੇ ਸਾਡਿਆਂ ਦੀ ਮੈਰਿਜ ਹੋਈ ਹੈ, ਇਹ ਮੇਰੇ ਸਸੁਰਾਲ ਵਾਲੇ ਮੇਰੀ ਸੱਸ ਅਤੇ ਨਨਣ ਬੋਲਦੇ ਸੀ ਇਹ ਚੀਜ਼ ਕਿ ਅਸੀਂ ਛੋਟੀ ਉਮਰ ਦੇ ਵਿੱਚ ਹੀ ਬੱਚਾ ਪੈਦਾ ਕਰ। ਹਾਂਜੀ ਮੈਡਮ ਬੋਲ ਰਹੇ ਨੇ ਕਿ ਮੈਂ ਬੱਚਾ ਕਨਸੀਵ ਕੀਤਾ ਅਤੇ ਉਹਦੇ ਵਿੱਚ ਵੀ ਉਹ ਮੈਨੂੰ ਮੇਰੇ ਸਹੁਰੇ ਪਰਿਵਾਰ ਵਿੱਚ ਮੇਰੀ ਨਨਦ ਜਾਂ ਮੈਨੂੰ ਮੇਰੀ ਸੱਸ ਕੀ ਕਹਿੰਦੇ ਸੀ। ਸੁਣੋ ਰੀਜ਼ਨ ਇਹ ਸੀਗਾ ਇਹਦੀ, ਇਹ ਸੀਗੀ 25 ਜਦੋਂ ਇਹਨੂੰ ਬੱਚਾ ਕਨਸੀਵ ਕੀਤਾ ਇਹਦਾ ਇੰਨਾ ਜਿਹਾ ਮੂੰਹ ਗਿਆ, ਬਿਲਕੁਲ ਉੱਤਰ ਗਿਆ ਕਿ ਮੈਨੂੰ ਮੇਰੇ ਫਰੈਂਡ ਸਰਕਲ ਵਿੱਚ ਮੈਨੂੰ ਕਾਲਜ ਆ ਰਹੀਆਂ ਕਿ ਤੂੰ ਇੰਨੀ ਜਲਦੀ ਬੇਬੀ ਪਲਾਨ ਕਿਉਂ ਕਰਦੀ ਪਈ ਹੈ, ਹੁਣ ਤਾਂ ਤੇਰੀ ਮੈਰਿਜ ਹੋਈ ਹੈ, ਤੇਰੀ ਲਾਈਫ ਸਪੋਇਲ ਹੋਈ ਨਹੀਂ ਹੈ, ਮੈਕਸੀਮਮ 2-3 ਸਾਲ ਇੱਦਾਂ ਰਹਿ, ਉਸ ਤੋਂ ਬਾਅਦ ਬੱਚਾ ਕਨਸੀਵ ਕਰ। ਸੈਕਿੰਡ ਜਦੋਂ ਸਾਨੂੰ ਇਹ ਖੁਸ਼ਖਬਰੀ ਪਤਾ ਲੱਗੀ ਕਿ ਮੇਰੇ ਮੰਮਾ ਕੈਂਸਰ ਪੇਸ਼ੈਂਟ ਹੈ, ਆਪਾਂ ਇਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਇਮੋਸ਼ਨਲ ਸੀ ਕਿ ਮੇਰੀ ਮੰਮਾ ਇਸੇ ਕਰਕੇ ਫਟਾਫਟ ਵਿਆਹ ਕੀਤਾ ਇਹਦਾ ਕਿ ਮੰਮਾ ਆਪਣੇ ਸਾਹਮਣੇ ਸਭ ਕੁਝ ਦੇਖਣ, ਅਤੇ ਜਦੋਂ ਸਾਨੂੰ ਇਹ ਚੀਜ਼ ਖੁਸ਼ਖਬਰੀ ਮਿਲੀ ਆਪਾਂ ਇਹਦੀ ਮੰਮਾ ਨੂੰ ਕਾਲ ਕੀਤੀ, ਆਪਾਂ ਸਾਰੀ ਫੈਮਿਲੀ ਇੱਦਾਂ ਬੈਠੇ ਹੋਏ ਸੀ, ਇਹਦੀ ਮੰਮਾ ਨੂੰ ਕਾਲ ਕੀਤੀ ਹੈ ਕਿ ਮੰਮਾ ਨੇ ਫੋਨ ਕੀਤਾ ਕਿ ਭੈਣ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਨਾਨੀ ਬਣਨ ਵਾਲੇ ਹੋ। ਇਹਦੀ ਮੰਮੀ ਦਾ ਰਿਸਪੋਂਸ ਪਤਾ ਕੀ ਸੀ? ਅੱਛਾ ਇੱਕ ਮਿੰਟ ਗੱਲ ਤਾਂ ਕਰਾਓ ਇਹਦੇ ਨਾਲ। ਇਹਦੀ ਮੰਮਾ ਦੀ ਵਰਡਿੰਗ ਸੀਗੀ, ਹਾਏ ਨੀ ਤੂੰ ਇਹ ਕੀ ਕੀਤਾ, ਤੂੰ ਤਾਂ ਹਜੇ ਪੜ੍ਹਨਾ ਸੀਗਾ, ਹੁਣੇ ਤੂੰ ਬੱਚਾ ਕਰ ਲਿਆ। ਜਦੋਂ ਉਹਨਾਂ ਨੇ ਇਹ ਗੱਲ ਕਹੀ ਅਸੀਂ ਫੋਨ ਕੱਟਤਾ, ਅਸੀਂ ਇਹਦੇ ਮੂੰਹ ਵੱਲ ਦੇਖਣ ਲੱਗ ਪਏ। ਫਿਰ ਕਿਤੇ ਨਾ ਕਿਤੇ ਇਹਦੇ ਹਸਬੈਂਡ ਨੇ ਮੇਰੇ ਬ੍ਰਦਰ ਨੇ ਆਖਿਆ ਕਿ ਛੱਡੋ ਤੁਸੀਂ ਆਪਣਾ ਘਰ ਦੇਖੋ, ਕਿਸੇ ਨੂੰ ਕੀ ਗੱਲ ਕਰ, ਕਿਸੇ ਤੋਂ ਕੀ ਲੈਣਾ, ਕੋਈ ਕੀ ਸੋਚਦਾ। ਉਸ ਤੋਂ ਬਾਅਦ ਕੰਟੀਨਿਊਸਲੀ 2-3 ਮਹੀਨੇ ਇਸ ਕੁੜੀ ਦੇ ਘਰ ਦੇ ਵਿੱਚ ਬਿਲਕੁਲ ਚੁੱਪ ਹੋ ਗਈ, ਨਾ ਕਿਸੇ ਨਾਲ ਬੋਲਣਾ ਨਾ ਚੱਲਣਾ। ਇਨਵਿਟ ਕੀ ਡਾਕਟਰ ਕੋਲ ਲੈ ਕੇ ਜਾਂਦੇ ਸੀ ਅਤੇ ਡਾਕਟਰ ਵੀ ਇਹਨੂੰ ਕਹਿੰਦੀ ਸੀ ਕਿ ਹੱਸਿਆ ਕਰ, ਖੁਸ਼ ਰਹਿ ਕਰ, ਇੱਕ ਤੇਰੇ ਅੰਦਰ ਜਾਨ ਪਲਦੀ ਪਈ ਹੈ। ਮਤਲਬ ਇਹ ਕੀ ਮੈਂਟਲੀ ਹਰਾਸ ਹੁੰਦੀ ਪਈ ਸੀ, ਇਨਸਾਨ ਨੂੰ ਇੰਨਾ ਕੁ ਟੋਰਚਰ ਕੀਤਾ ਉਸ ਟਾਈਮ 'ਤੇ। ਡਾਕਟਰ ਨੇ ਕਿਹਾ ਸੀਗਾ 3-4 ਮਹੀਨੇ ਕੁੜੀ ਕਮਜ਼ੋਰ ਹੈ, 3-4 ਮਹੀਨੇ ਬਿਲਕੁਲ ਕੋਈ ਸਫ਼ਰ ਨਾ ਕਰੇ, ਕੋਈ ਸੀੜੀਆਂ ਨਾ ਚੜ੍ਹੇ। ਅਸੀਂ ਸਾਡੇ ਘਰ ਆਲਰੇਡੀ 2-2 ਕੰਮਲੀਆਂ ਲੱਗੀਆਂ ਹੋਈਆਂ, ਅਸੀਂ ਉਹਨੂੰ ਬਿਲਕੁਲ ਕਹਿਤਾ ਤੂੰ ਬੈੱਡ ਰੈਸਟ ਕਰ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ। ਉਹਨਾਂ ਦਿਨਾਂ ਦੇ ਵਿੱਚ ਹੀ ਇਸ ਕੁੜੀ ਨੇ, ਇਹਦੀ ਮੰਮੀ ਨੇ ਦਿਨ ਰਾਤ ਕੁੜੀ ਨੂੰ ਭੇਜ ਦਿਉ ਸਾਡੇ ਕੋਲ, ਕੁੜੀ ਨੂੰ ਭੇਜ ਦਿਉ। ਅਸੀਂ ਮੰਮਾ ਨੇ ਉਹਨੂੰ ਬਾਰ ਬਾਰ ਆਖਿਆ ਕਿ ਭੈਣ ਜੀ ਹਜੇ ਆਪਾਂ ਨਹੀਂ ਭੇਜ ਸਕਦੇ, ਡਾਕਟਰ ਨੇ ਮਨਾ ਕੀਤਾ ਆਪਾਂ ਸਫ਼ਰ ਨਹੀਂ ਕਰਵਾਉਣਾ ਅਤੇ ਕੱਲ੍ਹ ਨੂੰ ਅਗਰ ਕੋਈ ਗੱਲਬਾਤ ਹੋ ਗਈ ਫਿਰ। ਲੇਕਿਨ ਇਹ ਕੁੜੀ ਨੇ ਦਿਨ ਰਾਤ ਸਾਡੀ ਜਾਨ ਖਾਧੀ ਸੀ। ਇੱਕ ਫਸਲੀ ਇਹ ਗੱਲ ਆਖੀ ਕੁੜੀ ਜ਼ਿੱਦੀ ਬਹੁਤ ਹੈ, ਅੱਜ ਤੱਕ ਇਹਨੇ ਜਿਹੜੀ ਗੱਲ ਕਹੀ ਹੈ ਨਾ ਪੂਰੀ ਕਰਕੇ ਦੱਸੀ ਹੈ, ਬਹੁਤ ਜ਼ਿਆਦਾ ਜ਼ਿੱਦੀ ਹੈ। ਚਲੋ ਜੀ ਲਾਸਟ ਮੂਮੈਂਟ 'ਤੇ ਸਾਨੂੰ ਮਜਬੂਰੀ 'ਚ ਜਦੋਂ ਇਹਨੂੰ ਆਈ ਥਿੰਕ 2.5 ਮਹੀਨੇ ਸੀਗੇ, ਥਰਡ ਮੰਥ ਸੀਗਾ, ਅਤੇ ਇਹਦੀ ਬਹੁਤ ਜ਼ਿਆਦਾ ਜ਼ਿੱਦ ਕਰਨ 'ਤੇ ਫਿਰ ਅਸੀਂ ਆਖਿਆ ਕਿ ਭਈ ਜਿੱਦਾਂ ਤੈਨੂੰ ਠੀਕ ਲੱਗਦਾ ਕਰ। ਸਾਡੇ ਘਰ ਦੇ ਵਿੱਚ ਕੋਈ ਨਹੀਂ ਸੀ ਮੰਨ ਰਿਹਾ ਇਹਨੂੰ ਭੇਜਣ ਵਾਸਤੇ, ਇਹਦੇ ਹਸਬੈਂਡ ਨੇ ਵੀ ਇਹਨੂੰ ਮਨਾ ਕੀਤਾ ਕਿ ਫਿਰ ਕੱਲ੍ਹ ਨੂੰ ਜੀ ਕਹਿੰਦੀ ਨਹੀਂ ਮੈਂ ਜਾਣ। ਚਲੋ ਜੀ ਘਰ 'ਚ ਕਲੇਸ਼ ਨਹੀਂ ਸੀ ਪਾਉਣਾ ਚਾਹੁੰਦੇ, ਇਹਨੂੰ ਭੇਜ ਦਿੱਤਾ। ਇਹਨੂੰ ਭੇਜਣ ਤੋਂ ਬਾਅਦ ਅਸੀਂ ਸਾਰੇ ਕਿਤੇ ਨਾ ਕਿਤੇ ਨਾ ਗੁੱਸੇ ਸੀ ਕਿ ਕਿਤੇ ਨਾ ਕਿਤੇ ਰੱਬ ਉੱਪਰ ਛੱਡਿਆ ਕਿ ਪਰਮਾਤਮਾ ਜੋ ਕਰੇਗਾ ਸਹੀ ਕਰੇਗਾ। ਲੇਕਿਨ ਉੱਥੇ ਜਾ ਕੇ ਤੁਹਾਨੂੰ ਕੁਝ ਗੱਲਾਂ ਨਹੀਂ ਦੱਸਣਾ ਚਾਹੁੰਦੀ, ਸਿਰਫ ਇਹ ਆਖਾਂਗੀ ਜਿਹੜਾ ਇਹ ਕਹਿੰਦੀ ਪਈ ਨਾ 15 ਸਾਲ ਦੇ ਵਿੱਚ ਨਿਆਣੇ, ਇਹ ਮੈਂ ਐਗਜ਼ਾਮਪਲ ਦਿੱਤੀ ਸੀ ਇਹਨੂੰ ਕਿ ਬੱਚੇ ਤੂੰ ਇਹ ਚੀਜ਼ਾਂ ਛੱਡ ਦੇ, ਤੇਰੀ ਏਜ ਬਿਲਕੁਲ ਪਰਫੈਕਟ ਹੈ, ਫਸਟ ਬੇਬੀ ਹੈ, ਅਗਰ ਇਸ ਟਾਈਮ ਆਪਾਂ ਕੋਈ ਵੀ ਗਲਤ ਹਰਕਤ ਕਰਾਂਗੇ ਬੇਬੀ ਦੇ ਨਾਲ ਆਉਣ ਵਾਲੇ ਟਾਈਮ 'ਚ ਪਤਾ ਨਹੀਂ ਸਾਨੂੰ ਪਰਮਾਤਮਾ ਦੇ ਨਾ ਦੇ, ਇਸ ਕਰਕੇ ਆਪਾਂ ਜੋ ਵੀ ਹੈਗਾ ਤੇਰੀ ਏਜ ਪਰਫੈਕਟ ਹੈ। ਆਪਾਂ ਮੇਰੀ ਮੈਰਿਜ 15 ਸਾਲ ਦੀ ਏਜ ਵਿੱਚ ਹੋਈ ਸੀ, ਸੋ ਕਿਤੇ ਨਾ ਕਿਤੇ ਅਸੀਂ ਮੈਂ ਬੱਚੀ ਸੀਗੀ, ਲੇਕਿਨ ਫਿਰ ਵੀ ਕਿਤੇ ਨਾ ਕਿਤੇ ਆਪਣੀ ਫੈਮਿਲੀ ਨੂੰ ਲੈ ਕੇ ਚੱਲਣਾ ਪੈਂਦਾ ਅਤੇ ਤੇਰੀ ਏਜ ਬਿਲਕੁਲ ਪਰਫੈਕਟ ਹੈ। ਉਸ ਤੋਂ ਬਾਅਦ ਆਪਣੀ ਜੋ ਵੀ ਤੂੰ ਇੰਜੋਇਮੈਂਟ ਕਰਨੀ, ਜੋ ਤੂੰ ਲਾਈਫ 'ਚ ਅੱਗੇ ਪੜ੍ਹਨਾ ਲਿਖਣਾ, ਬੇਬੀ ਤੋਂ ਬਾਅਦ ਪਲਾਨ ਕਰ ਲਈ। ਸੋ ਇਸ ਕਰਕੇ ਇਹਨੂੰ ਇਹ ਗੱਲ ਬੋਲੀ ਸੀ, ਸਿਰਫ ਇੱਕ ਪੱਖ ਨਾ ਸੁਣੋ। 3-4 ਮਹੀਨੇ ਤੱਕ ਡਾਕਟਰ ਕੋਲ ਲੈ ਕੇ ਜਾਂਦੇ ਨੇ ਨਾ, ਇਸ ਕੁੜੀ ਨੇ ਸਾਰਿਆਂ ਨਾਲ ਗੱਲ ਕਰਨੀ ਹੀ ਘਰ 'ਚ ਬੰਦ ਕਰ ਦਿੱਤੀ ਹੋਈ ਸੀ, ਬਸ ਚੁੱਪਚਾਪ ਬੈਠੇ ਰਹਿਣਾ, ਕਿਸੇ ਨਾਲ ਬੋਲਣਾ ਨਹੀਂ, ਕਿਸੇ ਨਾਲ ਚੱਲਣਾ ਨਹੀਂ।
ਜਦੋਂ ਕਿਤੇ ਬਾਹਰ ਘੁੰਮਣ ਜਾਣਾ ਫਿਰ ਇਹ ਬਹੁਤ ਖੁਸ਼ ਹੈ, ਲੇਕਿਨ ਘਰ ਦੇ ਵਿੱਚ ਸਿਰਫ ਇਹੀ ਹੁਣ ਮੇਰੇ ਢਿੱਡ ਪੀੜ ਹੈ, ਹੁਣ ਮੇਰੇ ਸਿਰ ਪੀੜ ਹੈ, ਹੁਣ ਫਲਾਣਾ, ਹੁਣ ਸਾਨੂੰ ਹੀ ਪਤਾ ਹੈ ਕਿਉਂਕਿ ਅਸੀਂ ਟਾਈਮ ਕੱਢਿਆ ਹੋਇਆ। ਤਾਂ ਜੋ ਵੀ ਇਹਨੇ ਬਿਆਨ ਦਿੱਤੇ ਹੈ ਮੀਡੀਆ ਦੇ ਵਿੱਚ ਕਿ ਮੈਨੂੰ ਮੇਰੀ ਨਨਾਣ ਜਾਂ ਮੇਰੀ ਸੱਸ ਨੋਟ, ਮੇਰੀ ਮੰਮਾ ਨੇ ਕੁਛ ਨਹੀਂ ਸੀ ਬੋਲਿਆ, ਮੈਂ ਬੋਲਿਆ ਸੀ ਕਿ ਤੇਰੀ ਏਜ ਬਿਲਕੁਲ ਪਰਫੈਕਟ ਹੈ, ਤੂੰ 25 ਸਾਲ ਦੀ ਹੈ, ਮੈਂ 15 ਸਾਲ ਦੀ ਸੀ, ਬਸ ਇਹ ਗੱਲ ਹੈ। ਇਸ ਤੋਂ ਅੱਗੇ ਦੇਖੋ, ਘਰੇ ਮੈਨੂੰ ਹਸਬੈਂਡ ਨੇ ਕੰਮ 'ਤੇ ਚੱਲ ਜਾਣਾ, ਸੱਸ ਨੇ ਆਈ ਨਨਾਣ ਵੱਲ ਚੱਲ ਜਾਣਾ ਜਾਂ ਕਿਤੇ ਵੀ ਬਾਹਰ ਚੱਲ ਜਾਣਾ, ਮੈਂ ਇਹਨੂੰ ਘਰੇ ਲੋਕ ਕਰ ਜਾਣਾ। ਮੈਂ ਘਰ ਹੁੰਦੀ ਹੁੰਦੀ ਸੀ, ਨਾ ਕਿਸੇ ਨਾਲ ਗੱਲ ਕਰਨੀ, ਨਾ ਕਿਸੇ ਨਾਲ ਫੋਨ 'ਤੇ ਗੱਲ ਕਰਨੀ, ਕੁਛ ਵੀ ਨਹੀਂ, ਨਾ ਮੈਂ ਆਪਣੇ ਘਰੇ ਫੋਨ ਕਰ ਸਕਦੀ ਸੀ। ਹੌਲੀ ਹੌਲੀ ਇਹ ਚੀਜ਼ ਵੱਧਦੀ ਗਈ ਵੱਧਦੀ ਗਈ, ਔਰ ਜਦੋਂ ਹੁਣ ਮੇਰਾ ਬੱਚਾ ਹੋਇਆ ਜੋ ਕਿ ਹੁਣ ਅੱਛਾ, ਬੰਦਾ ਕੰਮ 'ਤੇ ਚੱਲ ਜਾਂਦਾ ਸੀ, ਸੱਸ ਨਨਾਣ ਕੋ ਜਾਂ ਕਿਤੇ ਬਾਹਰ ਚਲੀ ਜਾਂਦੀ ਸੀ। ਜਦੋਂ ਪ੍ਰੈਗਨੈਂਟ ਸੀਗੀ ਨੀ, ਇੰਨੇ ਰੋਟੀ ਵੀ ਬਣਾਉਣੀ ਛੱਡੀ ਸੀ, ਕਹਿੰਦੀ ਸੀ ਮੇਰੇ ਕੋਲ ਬੰਦੀ ਨਹੀਂ, ਮੇਰੇ ਕੋਲ ਹੁੰਦਾ ਹੀ ਕੁਛ ਨਹੀਂ, ਠੀਕ ਹੈ। ਇਸ ਕਰਕੇ ਮੰਮਾ ਨੂੰ ਮੈਂ ਸਵੇਰੇ ਕਹਿੰਦੀ ਸੀ, ਮੰਮਾ ਤੂੰ ਇੱਧਰ ਆ ਕੇ ਖਾ ਲਿਆ, ਕਿਉਂਕਿ ਮੇਰੀ ਮੰਮਾ ਸ਼ੂਗਰ ਪੇਸ਼ੈਂਟ ਹੈ, ਕੈਂਸਰ ਪੇਸ਼ੈਂਟ ਹੈ। ਮੈਂ ਉੱਧਰ ਅਗਰ ਰੋਟੀ ਭੇਜਦੀ ਸੀਗੀ ਤਾਂ ਫਿਰ ਭਰਾ ਵੀ ਰਹਿ ਜਾਂਦਾ ਸੀ, ਮੈਨੂੰ ਸਾਰੇ ਟੱਬਰ 'ਤੇ ਭੇਜਣੀ ਪੈਣਾ, ਮੰਮੀ ਉਹ ਖੁਦ ਆਪਣਾ ਕਰ ਲੈਣਗੇ, ਤੁਸੀਂ ਮੇਰੇ ਕੋਲ ਆ ਜਾਓ। ਅਗਰ ਮੇਰੀ ਮੰਮਾ ਮੇਰੇ ਕੋਲ ਆਉਂਦੇ ਸੀ ਤਾਂ ਇਹਦੇ ਵਿੱਚ ਕੀ ਗਲਤ ਸੀ? ਅਗਰ ਇਹਦਾ ਹਸਬੈਂਡ ਕੰਮ 'ਤੇ ਜਾਂਦਾ ਸੀ ਉਹਦੇ ਵਿੱਚ ਕੀ ਗਲਤ ਸੀ? ਜਦੋਂ ਘਰ ਦੇ ਵਿੱਚ ਸਿਰਫ 3 ਪਰਸਨ ਹੈ, ਸੱਸ, ਇਹ ਆਪ ਅਤੇ ਇਹਦਾ ਹਸਬੈਂਡ, ਤਾਂ ਕੀ ਹਸਬੈਂਡ ਕੰਮ ਨਹੀਂ ਕਰੇਗਾ? ਸੱਸ ਬਾਹਰ ਅੰਦਰ ਕੋਈ ਕੰਮ ਨਹੀਂ ਕਰ ਸਕਦੀ? ਇਹਦਾ ਮਤਲਬ ਸੱਸ ਕਿਤੇ ਵੀ ਜਾਏਗੀ ਇਹਨੂੰ ਨਾਲ ਲੈ ਕੇ ਜਾਏ, ਜਾਂ ਫਿਰ ਹਸਬੈਂਡ ਕਿਤੇ ਵੀ ਜਾਏਗਾ ਨਾਲ ਲੈ ਕੇ ਜਾਏ? ਜਦੋਂ ਘਰ ਦੇ ਵਿੱਚ ਸਿਰਫ ਗਿਣਤੀ ਦੇ 3 ਬੰਦੇ ਹੈ, ਤੇ ਕੀ ਉਹਦੇ ਵਿੱਚ ਇੱਕ ਨੂੰਹ ਦੀ ਕੀ ਜ਼ਿੰਮੇਵਾਰੀ ਬਣਦੀ ਹੈ ਕਿ ਇਹ ਐਲੀਗੇਸ਼ਨ ਲਗਾਏ ਕਿ ਮੈਨੂੰ ਘਰ ਛੱਡ ਕੇ ਚੱਲ ਜਾਂਦੇ ਸੀ? ਤੂੰ ਪ੍ਰੈਗਨੈਂਟ ਆ, ਤੈਨੂੰ ਆਲਰੇਡੀ ਡਾਕਟਰ ਨੇ ਰੈਸਟ ਦੱਸੀ, ਤੈਨੂੰ ਲੈ ਕੇ ਕਿੱਥੇ ਫਿਰੇ ਫਿਰੇ ਕੋਈ? ਇਹ ਚੀਜ਼ ਤਾਂ ਸ਼ਾਇਦ ਜਿਹੜੀ ਫੈਮਿਲੀ ਵਾਲੇ ਹੈ ਉਹ ਸਮਝਣਗੇ ਕਿ ਜਦੋਂ ਘਰ ਦੇ ਵਿੱਚ 3 ਪਰਸਨ ਰਹਿਣ ਵਾਲੇ ਹੈ ਤੇ ਫਿਰ ਉਹ ਇੱਕ ਨੂੰ ਤਾਂ ਘਰ ਦੇ ਵਿੱਚ ਰਹਿਣਾ ਹੀ ਪੈਣਾ, ਇਹਦੇ ਵਿੱਚ ਕੀ ਗਲਤ ਹੈ? ਪਹਿਲਾਂ ਮੈਨੂੰ ਜਵਾਬ ਦਿਓ। ਸਵਾ ਮਹੀਨਾ ਜਦੋਂ ਓਪਰੇਸ਼ਨ ਹੋਇਆ ਤਾਂ ਮੈਂ ਆਪਣੀ ਨਨਾਣ ਵੱਲ ਸੀਗੀ, ਉਸ ਤੋਂ ਬਾਅਦ ਮੈਂ ਜਦੋਂ ਘਰੇ ਆਈ, ਨਨਾਣ 3-4 ਦਿਨ ਮੇਰੇ ਘਰ ਰਹੇ, ਠੀਕ ਹੈ। ਉਹਨਾਂ ਨੇ ਉਹ ਉੱਧਰ ਬੱਚੇ ਨੂੰ ਉੱਧਰ ਲੈ ਕੇ ਅਤੇ ਸਾਸੂ ਮਾਂ ਉੱਧਰ ਚਲੇ ਜਾਂਦੇ ਸੀ। ਮੈਂ ਕਹਿੰਦੀ ਵੀ ਸੀਗੀ ਕਿ ਮੈਨੂੰ ਮੇਰਾ ਬੱਚਾ ਦਿਖਾ ਦਿਓ ਜਾਂ ਮੈਨੂੰ ਉੱਧਰ ਲੈ ਜਾਓ, ਕਹਿੰਦੇ ਤੈਨੂੰ ਆਪਣਾ ਰਸਤਾ ਨਹੀਂ ਆਉਂਦਾ, ਤੈਨੂੰ ਰਸਤਾ ਨਹੀਂ ਆਉਂਦਾ, ਤੂੰ ਖੁਦ ਚੱਲ ਜਾ, ਅਸੀਂ ਨਹੀਂ ਤੈਨੂੰ ਲੈ ਕੇ ਜਾਣਾ ਬੱਚੇ ਕੋਲ। ਚਲੋ ਜੀ, ਪਹਿਲੀ ਗੱਲ ਕਿ ਜਦੋਂ ਮੇਰਾ ਓਪਰੇਟ ਹੋਇਆ ਮੈਂ ਆਪਣੀ ਨਨਾਣ ਦੇ ਘਰ ਰਹੀ। ਰੀਜ਼ਨ ਕੀ ਸੀ? ਰੀਜ਼ਨ ਇਹ ਸੀ ਕਿ ਮੇਰੇ ਮੰਮਾ, ਤੁਹਾਨੂੰ ਮੈਂ ਦੱਸ ਚੁੱਕੀ ਹੈ ਕਿ ਮੇਰੇ ਮੰਮਾ ਬਿਮਾਰ ਹੈ, ਉਹ ਠੀਕ ਨਹੀਂ ਰਹਿੰਦੇ, ਅਤੇ ਬ੍ਰਦਰ ਨੇ ਕੰਮ 'ਤੇ ਜਾਣਾ ਹੁੰਦਾ, ਅਤੇ ਘਰ ਦੇ ਵਿੱਚ ਇੱਕ ਜਿਸਨੇ ਓਪਰੇਟ ਕੀਤਾ ਹੋਇਆ, ਇੱਕ ਨਿਊ ਬੋਰਨ ਬੇਬੀ ਹੈ, ਉਹਦੀ ਮੰਮਾ ਦੀ ਟੇਕ ਕੇਅਰ ਕਰਨ ਵਾਲਾ ਕੌਣ ਹੋਏਗਾ? ਠੀਕ ਹੈ, ਜੇ ਆਪਾਂ ਮੇਡ ਵੀ ਰੱਖਾਂਗੇ, ਮੇਡ ਵੀ ਰਾਤ ਨੂੰ ਆਪਣੇ ਘਰ ਜਾਏਗੀ, ਅਤੇ ਰਾਤ ਨੂੰ ਬੇਬੀ ਨੂੰ ਕੌਣ ਸੰਭਾਲੇਗਾ? ਸੋ ਮੈਂ ਹੋਸਪਿਟਲ ਹੀ ਗੱਲ ਕਵਰ ਕੀਤੀ ਕਿ ਮੰਮਾ ਤੁਹਾਡੇ ਕੋਲ ਨਹੀਂ ਹੋਣਾ, ਮੈਂ ਇਹਨੂੰ ਬੇਟੀ ਸਮਝਦੀ ਸੀ, ਬੇਟੀ ਵਾਂਗੂ ਰੱਖਿਆ ਸੀ, ਅਤੇ ਇਸੇ ਕਰਕੇ ਇਹਦੀ ਸਾਰੀ ਰਿਸਪੋਂਸਿਬਿਲਟੀ ਚੱਕੀ, ਵੀ ਤਾਂ ਮੈਨੂੰ ਕੀ ਫਰਕ ਸੀਗਾ, ਜਿੱਦਾਂ ਮਰਜ਼ੀ ਟਾਈਮ ਪਾਸ ਕਰਦੇ। ਮੈਂ ਇਹਨੂੰ ਲੈ ਕੇ ਆਪਣੇ ਘਰ ਗਈ, ਜੋ ਕਿ ਤੁਸੀਂ ਫੋਟੋਜ਼ ਦੇਖ ਸਕਦੇ ਹੋ, ਵੀਡੀਓਜ਼ ਦੇਖ ਸਕਦੇ ਹੋ ਕਿ ਇਹ ਜਦੋਂ ਮੇਰੇ ਘਰ ਗਈ ਹੈ ਬੇਬੀ ਲੈ ਕੇ, ਮੈਂ ਤਾਂ ਵੈਲਕਮ ਕਿੱਦਾਂ ਕੀਤਾ ਹੈ। ਉਸ ਦੌਰਾਨ ਮੇਰੀ ਮੇਡ ਘਰ 'ਚ ਜਿਹੜੀ, ਉਹਨੂੰ ਪੁੱਛੋ, ਮੇਰੀ ਯਾਦਵੀ ਘਰ ਇਹਦੀ ਇੰਨੀ ਸੇਵਾ ਕੀਤੀ ਹੈ ਨਾ, ਇਹਨੂੰ ਥੱਲੇ ਪੈਰ ਨਹੀਂ ਰੱਖਣ ਦਿੱਤੇ। ਪੂਰੀ ਰਾਤ ਮੈਂ ਬੇਬੀ ਨੂੰ ਲੈ ਕੇ ਬੈਠੀ ਰਹਿੰਦੀ ਸੀ। ਤੁਹਾਨੂੰ ਪਤਾ, ਛੋਟਾ ਨਿਊ ਬੋਰਨ ਬੇਬੀ, 20 ਤਰ੍ਹਾਂ ਦੀ ਤਕਲੀਫ, ਔਰ ਬੇਬੀ ਨੂੰ ਛੋਟੇ 4-5 ਦਿਨ ਸਾ ਸੀਗਾ, ਅਤੇ ਜੁਆਇੰਟਸ ਵੀ ਹੋ ਗਿਆ ਸੀ, ਜਿਹਦੇ ਕਰਕੇ ਮਤਲਬ ਬਹੁਤ ਜ਼ਿਆਦਾ ਦਿੱਕਤਾਂ ਰਹੀਆਂ। ਇਹ ਮੈਡਮ ਦੂਸਰੇ ਰੂਮ 'ਚ ਸੁੱਤੀ ਹੋਈ, ਕਿਹੜੀ ਮਾਂ ਹੈ ਜਿਹਦਾ ਛੋਟਾ ਜਿਹਾ ਬੱਚਾ ਇੱਕ ਕਮਰੇ 'ਚ ਰੋ ਰਿਹਾ ਅਤੇ ਮਾਂ ਆਰਾਮ ਨਾਲ ਸੁੱਤੀ ਹੋਈ ਹੈ? 11 ਵਜੇ ਉੱਠਦੇ ਸੀ, ਇਹਨੂੰ ਆਪਾਂ ਇੰਨਾ ਵੀ ਮੈਂ ਡਿਸਟਰਬ ਨਹੀਂ ਕੀਤਾ। ਸਿਰਫ ਰੀਜ਼ਨ ਕੀ ਸੀ ਕਿ ਨਹੀਂ, ਓਪਰੇਟ ਹੋਇਆ, ਇਹਦਾ ਧਿਆਨ ਰੱਖਣਾ, ਜੇ ਮੈਂ ਆਪਣੇ ਕੋਲ ਲਿਆਂਦਾ ਜ਼ਿੰਮੇਵਾਰੀ ਮੇਰੀ ਹੈ। ਪੂਰਫੁੱਲ ਡਾਇਟ, ਇਹ ਕਹਿੰਦੀ ਮੈਂ ਨੋਨ ਵੈਜ ਨਹੀਂ ਖਾਂਦੀ, ਇਹਨੂੰ ਨੋਨ ਵੈਜ ਵੀ ਮੈਂ ਖਵਾਇਆ, ਹਰ ਚੀਜ਼ ਦੀ ਮੇਰੀ ਮੇਡ ਤੋਂ ਪੁੱਛ ਕੇ ਦੇਖੋ ਜਿਹਨੇ ਦੀ ਕੇਅਰ ਕੀਤੀ ਹੈ। ਇਹਨੂੰ ਖੁਦ ਗਰਮ ਪਾਣੀ ਕਰਕੇ ਨਹਿਲਾਉਂਦੀ ਹੁੰਦੀ ਸੀ, ਹਰ ਚੀਜ਼ ਦੀ ਕੇਅਰ ਕਰਦੀ ਸੀ। ਉਹ ਦਿਨਾਂ ਵਿੱਚ ਜਦੋਂ ਇਹਦੇ ਸਟਿਚਿੰਗ ਓਪਨ ਹੋਣੇ ਸੀ ਨਾ, ਸਟਿਚਿੰਗ ਚੈੱਕ ਹੋਣੇ ਸੀ, ਮੰਮਾ ਨੂੰ ਭੇਜਿਆ, ਮੈਂ ਆਪਣੀ ਯਾਦਵੀ ਨੂੰ ਨਾਲ ਭੇਜਿਆ, ਅਤੇ ਮੰਮਾ ਦੇ ਯਾਦਵੀ ਹੋਸਪਿਟਲ ਡਾਕਟਰ ਕੋਲ ਇਹਨੂੰ ਬਿਠਾਇਆ, ਇੱਦਾਂ ਖੜ੍ਹੇ ਸੀਗੇ, ਅਤੇ ਡਾਕਟਰ ਨੇ ਪੁੱਛਿਆ ਤੁਸੀਂ ਖਾਂਦੇ ਕੀ ਹੋ, ਅਤੇ ਇਹ ਮੈਡਮ ਨੇ ਅੱਗੇ ਰਿਪਲਾਈ ਦਿੱਤਾ ਮੈਨੂੰ ਚਾਹ ਦਿੰਦੇ ਹੈ। ਜਦ ਕਿ ਜਦੋਂ ਮੰਮਾ ਘਰ ਆਏ, ਮੰਮਾ ਨੇ ਫਾਈਲ ਇੱਦਾਂ ਸੁੱਟੀ, ਕਹਿੰਦੇ ਅੱਜ ਤੋਂ ਬਾਅਦ ਮੈਨੂੰ ਇਹਦੇ ਨਾਲ ਕਿਤੇ ਨਾ ਭੇਜੀ, ਇਹਨੇ ਡਾਕਟਰ ਸਾਹਮਣੇ ਮੇਰੀ ਇੰਸਲਟ ਕਰਵਾ ਦਿੱਤੀ। ਉਦੋਂ ਵੀ ਘਰ ਵਿੱਚ ਮੈਂ ਇਹਨੂੰ ਪੁੱਛਿਆ, ਕਹਿੰਦੀ ਮੇਰੇ ਮੂੰਹ ਵਿੱਚੋਂ ਨਿਕਲ ਗਿਆ, ਮਤਲਬ ਕਹਿੰਦਾ ਕਿ ਕੋਈ ਜਗ੍ਹਾ ਛੱਡੀ ਨਹੀਂ ਜਿੱਥੇ ਇਹਨੇ ਬੇਇੱਜ਼ਤੀ ਸਾਡੀ ਨਾ ਕਰਵਾਈ, ਲੇਕਿਨ ਮੈਂ ਹਮੇਸ਼ਾ ਬੱਚੀ ਸਮਝ ਕੇ ਇਗਨੋਰ ਕੀਤਾ। ਦੂਸਰੀ ਗੱਲ ਇਹ ਕਹਿੰਦੀ ਪਈ ਹੈ ਕਿ 1.5 ਮਹੀਨੇ ਬਾਅਦ ਜਦੋਂ ਮੈਂ ਆਪਣੇ ਘਰ ਗਈ ਹਾਂ, ਅਤੇ ਮੇਰੇ 3-4 ਦਿਨ ਨਨਾਣ ਮੇਰੇ ਕੋਲ ਰਹੀ ਹੈ, ਬਿਲਕੁਲ ਸਹੀ ਬੋਲ ਰਹੀ ਹੈ, ਮੈਂ ਇਹਨੂੰ ਛੱਡਣ ਗਈ, ਬੇਬੀ ਦਾ A to Z ਜੋ ਵੀ ਸਮਾਨ ਸੀਗਾ ਮੈਂ ਖੁਦ ਲਿਆਇਆ ਬੜੇ ਪਿਆਰ ਦੇ ਨਾਲ, ਅਤੇ ਘਰ ਛੱਡਣ ਗਈ ਹੈ। ਮੈਂ 4-5 ਦਿਨ ਉੱਥੇ ਰਹੀ ਹਾਂ। 4-5 ਦਿਨ ਦੇ ਦੌਰਾਨ ਇਹਨੇ ਮੈਨੂੰ ਆਖਿਆ ਕਿ ਮੇਰਾ ਸਟਿਚਿੰਗ ਦੇਖੋ, ਮੰਮਾ ਫੁੱਲਿਆ ਹੋਇਆ ਇੱਕ ਸਾਈਡ ਤੋਂ। ਮੈਨੂੰ ਬੋਲਿਆ, ਮੈਂ ਕਿਹਾ ਤੂੰ ਥੋੜ੍ਹੀ ਕੇਅਰ ਕਰ, ਕਿਉਂਕਿ ਹੁਣੇ ਓਪਰੇਟ ਹੋਇਆ, ਮੈਕਸੀਮਮ 3-4 ਮਹੀਨੇ ਤੋਂ ਬਹੁਤ ਰੈਸਟ ਚਾਹੀਦੀ ਹੈ। ਇਹਦੀ ਇਹੀ ਹਾਲਤ ਦੇਖ ਕੇ
ਕੋਈ ਨਹੀਂ ਜਦੋਂ ਤੱਕ ਤੂੰ ਠੀਕ ਨਹੀਂ ਹੁੰਦੀ ਉਦੋਂ ਤੱਕ ਮੈਂ ਤੇਰੇ ਨਾਲ ਹਾਂ। ਸਵਾ ਮਹੀਨੇ ਬਾਅਦ ਇਹਨੂੰ ਘਰ ਛੱਡਿਆ। ਉਸ ਦੌਰਾਨ ਚਾਰ ਪੰਜ ਦਿਨ ਮੈਂ ਇਹਦੇ ਕੋਲ ਰਹੀ। ਮੇਰੇ ਘਰ ਮੇਰਾ ਅੰਕੂ ਬਿਮਾਰ ਸੀ, ਮੈਨੂੰ ਕਾਲ ਆਈ ਹੈ ਕਿ ਮੰਮਾ ਛੇਤੀ ਘਰ ਆਓ। ਮੈਂ ਉੱਥੋਂ ਉੱਠ ਕੇ, ਮੇਰਾ ਤੇ ਮੇਰੀ ਮੰਮੀ ਦਾ ਘਰ ਸਿਰਫ 10 ਮਿੰਟ ਦਾ ਫਰਕ ਹੈ, ਜ਼ਿਆਦਾ ਦੂਰ ਨਹੀਂ ਹੈਗਾ। ਮੈਂ ਮੰਮੀ ਵੀ ਮੇਰੇ ਨਾਲ ਕਿ ਅੰਕੂ ਠੀਕ ਨਹੀਂ ਹੈਗਾ, ਆਪਾਂ ਘਰ ਆਏ ਹਾਂ। ਇਹਨੂੰ ਕਹਿਤਾ ਜੀ, ਮੈਨੂੰ ਕਹਿੰਦੇ ਕਿ ਮੈਨੂੰ ਬੱਚਾ ਨਹੀਂ ਬੁਲਾਉਂਦੇ ਰਹੇ ਸੀ। ਜਦਕਿ ਤੁਸੀਂ ਫੋਟੋਜ਼ ਵਿੱਚ ਦੇਖੋ ਕਿਹੜੀ ਜਗ੍ਹਾ 'ਤੇ ਬੱਚਾ ਇਹਨੇ ਨਹੀਂ ਚੱਕਿਆ ਹੋਇਆ, ਕਿਹੜੀ ਜਗ੍ਹਾ 'ਤੇ ਬਾਹਰ ਰੋਟੀ ਖਾਣ ਨਹੀਂ ਗਈ, ਘੁੰਮਣ ਫਿਰਨ ਨਹੀਂ ਗਈ, ਅਤੇ ਬੱਚਾ ਮੇਰੇ ਕੋਲ ਹੈ, ਇਹਦੇ ਕੋਲ ਨਹੀਂ ਹੈਗਾ। ਸੈਕਿੰਡ, ਹੁਣ ਕੁਛ ਗੱਲਾਂ ਆਪਾਂ ਬੋਲਾਂਗੇ ਨਾ, ਉਹਦੇ ਵਿੱਚ ਸਾਡੀ ਬੇਇੱਜ਼ਤੀ ਹੈ ਕਿ ਇੱਦਾਂ ਬੋਲ ਰਿਹਾ। ਮੈਂ ਕਿਸੇ ਨੂੰ ਜ਼ਿਆਦਾ ਸੈਟਿਸਫਾਈ ਨਹੀਂ ਕਰ ਸਕਦੀ। ਬਾਕੀ ਫੋਰ ਦਿਸ ਇਨਫੋਰਮੇਸ਼ਨ ਕਿ ਮੈਂ ਬੱਚਾ ਆਲਰੇਡੀ ਅਡੋਪਟ ਕਰ ਚੁੱਕੀ ਹਾਂ, ਇਹਨਾਂ ਤਿੰਨਾਂ ਦੀ ਸਹਿਮਤੀ ਦੇ ਨਾਲ ਅਡੋਪਟ ਕਰ ਚੁੱਕੀ ਹਾਂ, ਜਿਹਦਾ ਅੱਜ ਦੀ ਡੇਟ ਵਿੱਚ ਕੋਰਟ ਵਿੱਚ ਕੇਸ ਲਗਾਇਆ ਮੈਂ, ਕਿਉਂਕਿ ਜਦੋਂ ਇਹਨੇ ਮੀਡੀਆ ਵਿੱਚ ਇਹ ਕੰਜਰਖਾਨਾ ਪਾਇਆ ਨਾ, ਅਤੇ ਮੈਨੂੰ ਇਹ ਸੀਗਾ ਕਿ ਮੈਂ ਇੰਨਾ ਕੁਛ ਕਰ ਲਿਆ, ਮੈਂ ਇੰਨਾ ਪੈਸਾ ਦੇ ਵਿਆਹ 'ਤੇ ਲਗਾ ਤਾ, ਉਸ ਤੋਂ ਬਾਅਦ ਓਪਰੇਸ਼ਨ ਦਾ A to Z ਸਾਰਾ ਖਰਚਾ ਮੈਂ ਕੀਤਾ। ਸਵਾ ਮਹੀਨਾ ਸਾਰਾ A to Z ਖਰਚਾ ਮੈਂ ਕੀਤਾ। ਮੇਰੇ ਨਾਲ ਗੱਲ ਹੀ ਇਹੀ ਹੋਈ ਸੀ ਕਿ ਫਸਟ ਬੇਬੀ ਹੈ, ਆਪਾਂ ਕਿਤੇ ਨਾ ਕਿਤੇ, ਮਤਲਬ ਕੁਛ ਗੱਲਾਂ ਮੈਂ ਆਪਣੇ ਘਰ ਦੇ ਨਹੀਂ ਖੋਲ੍ਹਣੀਆਂ, ਜੋ ਸਿੰਪਲ ਤਰੀਕੇ ਨਾਲ ਕਹਿ ਰਹੀ ਬੱਚਾ ਮੈਂ ਅਡੋਪਟ ਕੀਤਾ ਹੋਇਆ, ਅਤੇ ਇਹਦੇ ਵਿੱਚ ਬਿਲਕੁਲ ਝੂਠ ਗੱਲ ਹੈ ਕਿ ਮੈਂ ਇਹਨੂੰ ਬੱਚਾ ਮਿਲਾਉਂਦੀ ਨਹੀਂ ਹੁੰਦੀ। 9 ਜੂਨ ਦੀ ਫੋਟੋਜ਼ ਤੁਸੀਂ ਦੇਖ ਸਕਦੇ ਹੋ, ਵਿਦ ਉੱਪਰ ਟਾਈਮ ਵੀ ਹੈਗਾ। 9 ਜੂਨ ਰਾਤ ਸ਼ਾਮ ਨੂੰ ਆਪਾਂ ਦੇਵੀਤਲਾ ਗਏ ਹਾਂ। ਦੇਵੀਤਲਾ ਤੋਂ ਬਾਅਦ ਆਪਾਂ ਆਰਕੇਟਾਬੇ ਰੋਟੀ ਖਾਧੀ ਹੈ, ਜਿਹਦੀਆਂ ਫੋਟੋਜ਼ ਤੁਸੀਂ ਦੇਖ ਸਕਦੇ ਹੋ। 10-11 ਤਰੀਕ ਨੂੰ ਮੰਮਾ ਦੇਸੀ ਦਵਾਈ ਖਾਂਦੇ ਹੈ, ਜੋ ਕਿ ਪਠਾਨਕੋਟ ਸਾਈਡ ਤੋਂ ਕਿਤੋਂ ਮਿਲਦੀ ਹੈ, ਅਤੇ ਇਹਨੇ ਮੰਮਾ ਨੂੰ ਬੋਲਿਆ ਕਿ ਸਵੇਰੇ ਤੁਸੀਂ ਕਿੰਨੇ ਵਜੇ ਜਾਣਾ, ਮੈਨੂੰ ਆਪਣੇ ਨਾਲ ਲੈ ਚਲੋ, ਮੈਨੂੰ ਘਰ ਛੱਡੋ। ਇਹਨੂੰ ਉਸ ਟਾਈਮ ਮੈਂ ਪੁੱਛਿਆ ਕਿ ਤੂੰ ਕਿਉਂ ਚੱਲੀ ਆ। ਉਸ ਟਾਈਮ 'ਤੇ ਮੰਮਾ ਦੀ ਕੰਡੀਸ਼ਨ ਬਹੁਤ ਬੁਰੀ ਸੀ, ਮੰਮਾ ਨੇ ਜੁਆਇੰਟਸ ਵੀ ਹੋ ਗਿਆ ਸੀ। ਮਤਲਬ ਮੈਨੂੰ 3 ਵਾਰ ਕਿਹਾ ਕਿ ਮੰਮਾ ਠੀਕ ਨਹੀਂ ਹੈਗੇ, ਤੂੰ ਕਿਉਂ ਚੱਲੀ ਆ, ਤੂੰ ਘਰ ਦਾ ਮਾਹੌਲ ਕਿਉਂ ਖਰਾਬ ਕਰਨਾ, ਪਿੱਛੋਂ ਮੰਮਾ ਨੂੰ ਕਿਹਨੇ ਦੇਖਣਾ। ਨਹੀਂ ਮੈਂ ਘਰ 2-3 ਦਿਨ ਵਾਸਤੇ ਜਾਣਾ, ਮੈਂ ਵਾਪਸ ਆ ਜਾਣਾ ਫਲਾਂ ਟਿਮਕਣ। ਜਿਸ ਦਿਨ ਚੱਲ ਗਈ ਹੈ ਨਾ, ਬੇਬੀ ਇੱਦਾਂ ਸੁੱਤਾ ਹੋਇਆ ਸੀ, ਅਤੇ ਮੈਂ ਕਿਹਾ ਮਿਲਕ ਲੈ, ਅੱਗੋਂ ਮੈਨੂੰ ਰਿਪਲਾਈ ਹੈ, ਨਹੀਂ ਨਹੀਂ ਸੁੱਤਾ ਹੋਇਆ ਰਹਿਣ ਦਿਓ, ਪਹਿਲਾਂ ਮੈਨੂੰ ਦੱਸੋ ਕਿਹੜੀ ਮਾਂ ਆ ਜਿਹੜੇ ਇੱਦਾਂ। ਬਾਕੀ ਨਾ ਇਹ ਕੁਛ ਚੀਜ਼ਾਂ ਮੈਂ ਮਤਲਬ ਸ਼ੋ ਬੋਲ ਕੇ ਸ਼ੋ ਕਰਾਂਗੀ, ਤੁਹਾਨੂੰ ਲੱਗਣਾ ਸ਼ਾਇਦ ਝੂਠ ਬੋਲ ਰਹੀ ਹੈ, ਸੋ ਇਸ ਕਰਕੇ ਮੈਂ ਜ਼ਿਆਦਾ ਨਹੀਂ ਦੱਸਣਾ। 11 ਤਰੀਕ ਨੂੰ ਇਹਨੂੰ ਮੰਮੀ ਖੁਦ ਛੱਡ ਕੇ ਆਏ, ਸਾਡਾ ਡਰਾਈਵਰ ਇਹਨੂੰ ਘਰ ਤੱਕ ਛੱਡਣ ਜਾ ਰਿਹਾ। 11, 12, 13, 14 ਤਰੀਕ ਨੂੰ ਸਾਨੂੰ ਕਾਲ ਆ ਗਈ ਹੈ ਜੀ ਪੁਲਿਸ ਸਟੇਸ਼ਨ ਤੋਂ। ਅੱਗੇ ਕੰਪਲੇਨ ਵਿੱਚ ਲਿਖਵਾਇਆ ਹੋਇਆ ਕਿ ਮੈਨੂੰ ਮਾਰ ਕੁੱਟ ਕੇ, ਮੇਰਾ ਬੱਚਾ ਖੋ ਕੇ ਮੈਨੂੰ ਹਰਾਸ ਕਰਦੇ ਸੀ, ਮੈਨੂੰ ਘਰੋਂ ਕੱਢਿਆ। ਹਾਲਾਂਕਿ ਅਸੀਂ ਖੁਦ ਛੱਡ ਕੇ ਆਏ, ਤੁਸੀਂ ਫੋਟੋਜ਼ ਦੇਖੋ, ਫੋਟੋਜ਼ 'ਤੇ ਸਨੈਪਚੈਟ ਅਸਲ ਡੇਟ 'ਤੇ ਝੂਠ ਹੋਏਗੀ ਨਾ, ਡੇਟ ਵੀ ਦੇਖ ਲਓ, ਔਰ ਪਹਿਲਾਂ ਹੀ ਬੈਗ ਪੈਕ ਕੀਤਾ ਹੋਇਆ ਸੀ ਇਹਨੇ। ਬੋਲ ਰਹੀ ਹੈ ਕਿ ਉੱਥੇ ਜਾ ਕੇ ਇਹਨੇ ਕੰਪਲੇਨ ਕਰ ਦਿੱਤੀ ਕਿ ਮੈਨੂੰ ਮਾਰ ਕੁੱਟ ਕੇ ਘਰੋਂ ਕੱਢਿਆ, ਜੋ ਕਿ ਖੁਦ ਅਸੀਂ ਛੱਡਣ ਗਏ ਹਾਂ, ਡਰਾਈਵਰ ਖੁਦ ਛੱਡਣ ਜਾ ਰਿਹਾ। ਉਹ ਜਾਣ ਦੀ ਨੋਰਮਲ ਜੀ ਸਨੈਪ ਜਿੱਦਾਂ ਬੱਚੇ ਮਸਤੀ ਮਸਤੀ 'ਚ ਬਣਾਉਂਦੇ ਆ ਪਈ ਹੋਈ ਹੈ, ਉਹੀ ਸਾਡੇ ਕੰਮ ਆਈ ਅੱਜ ਦੀ ਡੇਟ ਵਿੱਚ। ਸੋ ਇੱਦਾਂ ਦੀ ਕੋਈ ਵੀ ਗੱਲ ਨਹੀਂ ਹੈਗੀ ਜੋ ਕੰਟਰੋਵਰਸੀ ਚੱਲ ਰਹੀ ਹੈ, ਇੱਦਾਂ ਦਾ ਕੁਛ ਨਹੀਂ ਹੈਗਾ। ਮੇਨ ਚੀਜ਼ ਕਿੱਥੇ ਮੁੱਕਦੀ ਹੈ ਕਿ ਜਦੋਂ ਇਹਨੇ ਬੇਬੀ ਕਨਸੀਵ ਕੀਤਾ ਸੀ, ਉਸ ਦੌਰਾਨ ਕੁਛ ਗੱਲਾਂ ਇਹਦੇ ਹਸਬੈਂਡ ਦੇ ਵਿੱਚ ਹੋਈਆਂ ਸੀ ਜੋ ਕਿ ਸਾਨੂੰ ਨਹੀਂ ਸੀ ਪਤਾ। ਇਹ ਕਹਿੰਦੀ ਸੀ ਮੇਰਾ ਡ੍ਰੀਮ ਹੈ ਕਿ ਮੈਂ ਆਊਟ ਆਫ ਇੰਡੀਆ ਜਾਵਾਂ, ਸੋ ਉਹ ਡ੍ਰੀਮ ਨੂੰ ਕਹਿੰਦੀ ਸੀ ਮੈਂ ਬੇਬੀ, ਅਤੇ ਇਸ ਗੱਲ ਨੂੰ ਖਤਮ ਕਰਨ ਵਾਸਤੇ ਜਿੱਦਾਂ ਨੋਰਮਲੀ ਹਸਬੈਂਡ ਲੋਕ ਕਹਿ ਦਿੰਦੇ ਆ, ਉਹ ਸਾਨੂੰ ਹੁਣ ਦੱਸਦਾ ਪਿਆ ਮੇਰਾ ਬ੍ਰਦਰ ਕਿ ਮੈਂ ਇਹਨੂੰ ਕਹਿੰਦਾ ਸੀ ਕਿ ਕੋਈ ਗੱਲ ਨਹੀਂ, ਆਉਣ ਵਾਲੇ ਟਾਈਮ 'ਚ ਤਾਂ ਕਰਾਂਗੇ ਕੰਮ ਹੈ, ਤਾਂ ਕਹਿੰਦੇ ਸੀ ਇਹ ਮੇਰਾ ਸੁਪਨਾ ਪੂਰਾ ਹੋਏਗਾ ਬਾਹਰ ਜਾਣ ਦਾ। ਹੁਣ ਵੀ ਥੋੜ੍ਹੇ ਦਿਨਾਂ 'ਚ ਇਹਨਾਂ ਦੇ ਵਿੱਚ ਇਹੀ ਕੰਟਰੋਵਰਸੀ ਦੋਨਾਂ ਜੀਆਂ ਦੇ ਵਿੱਚ ਚੱਲਦੀ ਪਈ ਸੀ, ਉਹ ਸਾਨੂੰ ਨਹੀਂ ਸੀ ਪਤਾ। ਉਹ ਬਾਅਦ ਵਿੱਚ ਪਤਾ ਲੱਗਿਆ ਕਿ ਵਿਚਲੀ ਗੱਲ ਕੀ ਸੀ ਕਿ ਆਪਣੀ ਸਿਸਟਰ ਕੋਲ, ਸਿਸਟਰ ਨੂੰ ਆਖੋ ਬਾਹਰ ਭੇਜੋ ਮੈਨੂੰ। ਸੋ ਮੈਂ ਹੱਥ ਜੋੜ ਕੇ ਬੇਨਤੀ ਕਰਦੀ, ਮੇਰੇ ਕੋਲ ਹੋਰ ਪੈਸਾ ਨਹੀਂ ਹੈਗਾ, ਨਾ ਤਾਂ ਵੇਸਟ ਕਰਨ ਨੂੰ, ਨਾ ਤੁਹਾਡੇ ਜਿਹੜੇ ਤੁਹਾਡੇ ਡ੍ਰੀਮਸ ਆ ਪੂਰੇ ਕਰਨ ਵਾਸਤੇ, ਮੈਂ ਹੁਣ ਆਪਣੇ ਬੱਚਿਆਂ ਬਾਰੇ ਵੀ ਸੋਚਣਾ ਕੁਛ, ਠੀਕ ਹੈ। ਬਾਕੀ ਰਹੀ ਇਹਦੀ ਗੱਲ, ਅਤੇ ਮੈਂ ਥੋੜ੍ਹੀ ਜਿਹੀ ਇੱਕ ਛੋਟੀ ਜਿਹੀ ਗੱਲ ਆਖਾਂ ਕਿ ਇਸ ਕੁੜੀ ਨੇ ਇੰਨਾ ਕੁ ਜ਼ਿਆਦਾ ਝੂਠ ਬੋਲਿਆ ਨਾ, ਇੱਕ ਤਾਂ ਨੋਰਮਲ ਝੂਠ ਹੁੰਦਾ ਨਾ, ਤੁਸੀਂ ਸਭ ਕੁਝ ਦੇਖ ਹੀ ਸਕਦੇ ਹੋ ਜੋ ਜਿੰਨੀਆਂ ਨੇ ਕਲਿੱਪਾਂ ਦੇ ਵਿੱਚ, ਇਹ ਤਾਂ ਪੂਰਾ ਇੰਟਰਵਿਊ ਹੈਗਾ ਵਾ 12-13 ਮਿੰਟ ਦਾ, ਬਟ ਇੰਨੇ ਆਪਾਂ ਵਿਹਲੇ ਨਹੀਂ ਹੈਗੇ ਕਿ ਸਾਨੂੰ ਇਕੱਲੀ ਇਕੱਲੀ ਚੀਜ਼ ਦਿਖਾਈਏ। ਜੋ ਸਾਨੂੰ ਮੇਨ ਮੇਨ ਚੀਜ਼ਾਂ ਹਰਟ ਕੀਤੀਆਂ, ਜੋ ਇਹਨੇ ਝੂਠ ਬੋਲਿਆ, ਉਹ ਤੁਹਾਡੇ ਤੁਹਾਡੇ ਸਾਰਿਆਂ ਸਾਹਮਣੇ ਆਪਾਂ ਸੱਚਾਈ ਰੱਖਤੀ ਹੈ। ਹੁਣ ਤੁਸੀਂ ਦੱਸ ਦਿਓ ਕੌਣ ਗਲਤ ਹੈ ਕੌਣ ਸਹੀ ਹੈ, ਆਪਾਂ ਤਾਂ ਇੱਥੇ ਕਨਵਰਸੇਸ਼ਨ ਆਪਣੀ ਖਤਮ ਕਰਦੇ ਹਾਂ ਬਈ, ਆਪਾਂ ਨਹੀਂ ਦੇਖ ਸਕਦੇ ਕਿ ਝੂਠ ਇੰਨਾ ਕੋਈ ਝੂਠ ਬੋਲਦਾ ਪਿਆ। ਜੋ ਕੁਛ ਹੈ ਸਭ ਕੁਛ ਫੋਟੋਜ਼ ਦੇ ਵਿੱਚ ਹੈਗਾ, ਜਿਨ ਸਾਨੂੰ ਗਲਤ ਆਖਣਾ ਗਲਤ ਆ ਕਿ ਜਿਨ ਸਾਨੂੰ ਸਹੀ ਕਹਿਣਾ ਸਹੀ ਕਵੇ, ਇਹਦੇ ਵਿੱਚ ਆਪਾਂ ਕਿਸੇ ਦੀ ਮੋਡੈਲਿਟੀ ਨਹੀਂ ਚੇਂਜ ਕਰ ਸਕਦੇ। ਇਸ ਲਈ ਸਾਡੇ ਸਾਨੂੰ ਜੋ ਪਿਆਰ ਕਰਨ ਵਾਲੇ ਆ ਨਾ, ਜੋ ਸਾਨੂੰ ਬਾਰ ਬਾਰ ਕਹਿ ਰਹੇ ਦੀ ਪਲੀਜ਼ ਤੁਸੀਂ ਇੱਦਾਂ ਥੋੜ੍ਹਾ ਜਿਹਾ ਕਲੀਅਰ ਕਰੋ, ਕਿਉਂਕਿ ਸਾਨੂੰ ਚੰਗਾ ਨਹੀਂ ਲੱਗ ਰਿਹਾ, ਲੋਕ ਤੁਹਾਨੂੰ ਗਲਤ ਬੋਲ ਰਹੇ ਨੇ। ਤੋ ਇਸ ਕਰਕੇ ਮੈਂ ਆਈ ਹਾਂ ਸਾਹਮਣੇ, ਬਟ ਮੈਨੂੰ ਆਉਣ ਦੀ ਲੋੜ ਵੀ ਨਹੀਂ ਸੀ, ਅਤੇ ਕਿਉਂਕਿ ਇਹ ਮੈਟਰ ਕਾਫੀ ਦਿਨਾਂ ਤੋਂ ਚੱਲ ਰਿਹਾ, ਮੈਂ ਤਾਂ ਵੀ ਇਗਨੋਰ ਕੀਤਾ ਹੋਇਆ ਸੀ। ਸੋ ਅੱਜ ਦੀ ਡੇਟ ਵਿੱਚ ਹਾਂ, ਇੱਕ ਗੱਲ ਮੈਂ ਜ਼ਰੂਰ ਕਹੂੰਗੀ ਕਿ ਆਉਣ ਵਾਲੇ ਟਾਈਮ 'ਚ ਵੀ ਕਿ ਮੈਨੂੰ ਇੰਨੀ ਅਕਲ ਆ ਗਈ ਹੈ ਕਿ ਕਿਸੇ 'ਤੇ ਵਿਸ਼ਵਾਸ ਨਹੀਂ ਕਰਨਾ, ਜ਼ਿਆਦਾ ਭਾਵੁਕ ਹੋ
ਮੇਰੀ ਆਪਣੀ ਵੀ ਫੈਮਲੀ ਹੈਗੀ ਆ, ਮੇਰੇ ਖੁਦ ਦੇ ਬੱਚੇ ਆ ਜਿਨ੍ਹਾਂ ਨੂੰ ਮੈਂ ਅੱਗੇ ਲਾਈਫ 'ਚ ਸਟੈਂਡ ਕਰਨਾ, ਜਿਹੜਾ ਉਹ ਛੋਟਾ ਜਿਹਾ ਬੱਚਾ ਜਿਹਦੇ ਬਾਰੇ ਇੰਨੀ ਕੋਂਟਰੋਵਰਸੀ ਹੋਈ ਆ, ਬੱਚਾ ਬੱਚਾ ਬੱਚਾ, ਅਤੇ ਛੋਟੀ ਜਿਹੀ ਗੱਲ ਇੱਕ ਮੇਰੀ ਬੜੀ ਗੌਰ ਨਾਲ ਸੁਣਿਓ, ਦੋ ਲਫ਼ਜ਼ਾਂ 'ਚ ਕਹਿਣੀ ਆ, ਸਮਝਣ ਵਾਲਾ ਫਟਾਫਟ ਸਮਝੇਗਾ ਕਿ ਨੋ ਡਾਊਟ ਇਹ ਮੇਰੇ ਦੋ ਬੇਟੇ ਆ, ਇਹਨਾਂ ਦੀ ਮੈਰਿਜ ਹੋਣੀ ਆ, ਮਹਾਂਮਾਈ ਦੀ ਮਿਹਰ ਨਾਲ ਮੈਂ ਦਾਦੀ ਬਣਨਾ, ਹੈ ਨਾ, ਅਤੇ ਇਸ ਕਰਕੇ ਮੈਨੂੰ ਕਿਸੇ ਦਾ ਬੱਚਾ ਜ਼ਬਰਦਸਤੀ ਰੱਖ ਕੇ ਕੋਈ ਫਾਇਦਾ ਤਾਂ ਹੈ ਨਹੀਂ ਕਿ ਕਿਸੇ ਦਾ ਬੱਚਾ ਮੈਂ ਜ਼ਬਰਦਸਤੀ ਰੱਖਾਂ ਖੋ ਕੇ, ਅਤੇ ਸੈਕਿੰਡ ਉਹਦੇ ਪਰਵਰਿਸ਼ 'ਤੇ ਸਾਰਾ ਖਰਚਾ ਵੀ ਖੁਦ ਕਰਾਂ, ਅਤੇ ਇੰਨਾ ਤਾਂ ਬੇਵਕੂਫ਼ ਕੋਈ ਵੀ ਨਹੀਂ ਹੋਏਗਾ, ਮੈਨੂੰ ਛੱਡੋ ਕੋਈ ਵੀ ਨਾ ਬੇਵਕੂਫ਼ ਨਹੀਂ ਹੋਏਗਾ, ਅਕਸਰ ਕੋਈ ਨਾ ਕੋਈ ਰੀਜ਼ਨ ਹੋਏਗਾ। ਔਰ ਦੂਸਰੀ ਛੋਟੀ ਜਿਹੀ ਗੱਲ ਹੋਰ ਹੈ ਕਿ ਅੱਜ ਦੇ ਟਾਈਮ ਵਿੱਚ ਜਦੋਂ ਕਾਨੂੰਨ ਇੰਨਾ ਸਖ਼ਤ ਹੈ ਕਿ ਕੋਈ ਕਿਸੇ ਦਾ ਬੱਚਾ ਖੋ ਕੇ ਆਪਣੇ ਘਰ ਰੱਖੇਗਾ, ਉਹਨੂੰ ਡਰ ਨਹੀਂ ਲੱਗੇਗਾ ਕਿ ਮੇਰੇ 'ਤੇ ਕੋਈ ਐਕਸ਼ਨ ਆਏਗਾ। ਔਰ ਸਭ ਤੋਂ ਇਹ ਵੀ ਗੱਲ ਹੈ ਕਿ ਅਗਰ ਕਿਸੇ ਦਾ ਬੱਚਾ ਆਪਾਂ ਖੋ ਕੇ ਰੱਖ ਲਿਆ, ਉਹ ਔਰਤ ਜੋ ਮਾਂ ਹੈ ਉਹ 2 ਮਿੰਟ ਲਾਏਗੀ ਆਪਣਾ ਬੱਚਾ ਲੈਂਦੇ ਵਾਪਸ, ਠੀਕ ਹੈ। ਅੱਜ ਦਾ ਕਾਨੂੰਨ ਇੰਨਾ ਸਖ਼ਤ ਹੈ। ਸੋ ਇਹ ਕੁੜੀ, ਇਹ ਜਿਹੜੀ ਡਰਾਮੇਬਾਜ਼ੀ ਹੋਈ ਹੈ, ਇਹ ਮੈਂ ਹੱਥ ਜੋੜ ਕੇ ਕਹਿੰਦੀ ਹਾਂ, ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈਗੀ। ਬਾਕੀ ਬਈ ਅਸੀਂ ਆਪਣੇ ਸਾਰੇ ਪ੍ਰੂਫ ਤੁਹਾਡੇ ਅੱਗੇ ਰੱਖਦੇ ਹੈ, ਤੁਸੀਂ ਵਿਸ਼ਵਾਸ ਕਰਨਾ ਠੀਕ ਹੈ, ਨਹੀਂ ਕਰਨਾ ਨਾ ਕਰੋ, ਅਤੇ ਹੱਥ ਜੋੜ ਕੇ ਬੇਨਤੀ ਕਿ ਆਪਣਾ ਪਿਆਰ ਇੱਦਾਂ ਹੀ ਬਣਾਏ ਰੱਖੋ। ਮੰਮੀ ਵਾਸ਼ਰੂਮ ਗਈ ਹੈ ਅਤੇ ਇੱਕ ਮੈਡਮ ਜੀ ਨੇ ਹੋਰ ਗੱਲ ਕੀਤੀ ਹੋਈ ਹੈ। ਇਹਨਾਂ ਦੇ ਨਾਲ ਕੋਈ ਸਿਆਸਤੀ ਬੰਦਾ ਹੈ ਜੋ ਇਹਨਾਂ ਦੇ ਨਾਲ ਪੂਰੀ ਇਹਨਾਂ ਦੇ ਪਿੱਛੇ ਸਪੋਰਟ ਕਰਦਾ ਹੈ, ਉਹ ਮੈਨੂੰ ਮੇਰੀ ਫੈਮਿਲੀ ਨੂੰ ਅਤੇ ਮੈਨੂੰ ਜਾਨੂ ਮਾਰਨ ਦੀਆਂ ਧਮਕੀਆਂ ਦਿੰਦਾ ਹੈ। ਸਭ ਤੋਂ ਪਹਿਲੀ ਗੱਲ ਤਾਂ ਯਾਰ, ਜੇ ਕੋਈ ਸਿਆਸਤੀ ਬੰਦਾ, ਮਤਲਬ ਕੌਣ ਆ ਸਾਡੇ ਨਾਲ ਸਿਆਸਤੀ ਬੰਦਾ, ਪਹਿਲੀ ਗੱਲ ਤਾਂ ਮੈਡਮ ਜੀ ਨੂੰ ਮੈਂ ਇਹ ਪੁੱਛਣਾ ਚਾਹੁੰਦਾ ਵਾ, ਨਾਲੇ ਦੂਜੀ ਗੱਲ ਆਪਾਂ ਕੋਰਟ ਦੇ ਜ਼ਰੀਏ ਸਾਰਾ ਆਪਾਂ ਕੇਸ ਉੱਥੇ ਰਜਿਸਟਰ ਕੀਤਾ ਵਾ, ਇਹ ਵੀ ਬੰਦੇ ਦੀ ਸਾਨੂੰ ਲੋੜ ਨਹੀਂ ਹੋਏਗੀ, ਪਹਿਲੀ ਗੱਲ ਤਾਂ ਇਹ। ਬਾਕੀ ਦੂਜੀ ਗੱਲ, ਜੇ ਮੈਡਮ ਜੀ ਤੁਸੀਂ ਸੱਚ ਬੋਲਦੇ ਪਏ ਹੋ, ਤੁਸੀਂ ਆਪਣੇ ਕੋਲ ਕਿਸੇ ਨੇ ਧਮਕੀ ਦਿੱਤੀ ਤੁਹਾਨੂੰ, ਕਿਸੇ ਨੇ ਫੇਸ ਟੂ ਫੇਸ ਦਿੱਤੀ, ਮੈਸੇਜ ਦੇ ਰਾਹੀਂ ਦਿੱਤੀ ਜਾਂ ਕੋਲ 'ਤੇ ਦਿੱਤੀ, ਤੁਸੀਂ ਸਾਨੂੰ ਦੱਸੋ ਤਾਂ ਸਹੀ। ਇੱਦਾਂ ਫੇਕ ਕੁਛ ਵੀ ਬੋਲ ਕੇ ਕਿ ਉਹਨੇ ਮੈਨੂੰ ਜਾਨੋਂ ਮਰਨ ਦੀ ਧਮਕੀ ਦਿੱਤੀ, ਉਹਨੇ ਇਹ ਕੀਤਾ ਵੋ ਕੀਤਾ, ਮੈਡਮ ਜੀ ਜਿੱਦਾਂ ਅਸੀਂ ਪਰੂਫ ਦਿਖਾਉਂਦੇ ਪਏ ਨਾ, ਤੁਸੀਂ ਵੀ ਉੱਦਾਂ ਪਰੂਫ ਦਿਖਾਓ, ਫਿਰ ਤੁਹਾਡੀ ਗੱਲ ਨੂੰ ਮੰਨਾਂਗੇ, ਹੈ ਨਾ ਵੀ। ਬਾਕੀ ਆ, ਤੁਸੀਂ ਸਾਰੇ ਐਵੇਂ ਕਿਸੇ ਦੀ ਵੀ ਗੱਲਾਂ 'ਚ ਨਾ ਆਇਆ ਕਰੋ, ਹੱਥ ਜੋੜ ਕੇ ਬੇਨਤੀ ਹੈ। ਅਤੇ ਤੂੰ ਕਹਿੰਦੀ ਪਈ ਅਸੀਂ ਤੈਨੂੰ ਲੋਕਾਂ ਕੋਲ ਧਮਕੀਆਂ ਦਵਾਉਂਦੇ ਪਏ ਹਾਂ, ਅਸੀਂ ਪਹਿਲੀ ਗੱਲ ਤਾਂ ਆਪਾਂ ਆਪਣੇ ਘਰ ਦੀ ਗੱਲ ਆਪਾਂ ਬਾਹਰ ਕਿਸੇ ਨਾਲ ਕਰਦੇ ਨਹੀਂ, ਬਾਕੀ ਦੂਜੀ ਗੱਲ ਆਪਾਂ ਤੈਨੂੰ ਆਪਣਾ ਜਵਾਬ ਆਪਣੇ ਮੂੰਹੋਂ ਦੇਵਾਂਗੇ, ਅਤੇ ਨਾ ਜਿਹੜੀ ਵੀ ਗੱਲ ਹੋਏਗੀ ਉਹ ਆਪਾਂ ਆਪਣੇ ਮੂੰਹੋਂ ਕਰਾਂਗੇ, ਆਪਾਂ ਕਿਸੇ ਕਿਉਂ ਦਵਾਉਣੀਆਂ ਤੈਨੂੰ ਧਮਕੀਆਂ, ਠੀਕ ਹੈ ਨਾ। ਜਿਹੜੀ ਗੱਲ ਹੋਏਗੀ ਆਪਾਂ ਤੇਰੇ ਨਾਲ ਸਿੱਧਾ ਮੂੰਹ 'ਤੇ ਬੇਕ ਕਰਾਂਗੇ, ਬਾਕੀ ਸਭ ਦੇ ਸਾਹਮਣੇ ਹੀ ਹੈ ਸਾਰੇ ਪ੍ਰੂਫ, ਬਾਕੀ ਮੈਂ ਕੁਛ ਜ਼ਿਆਦਾ ਕਹਿਣਾ ਨਹੀਂ ਚਾਹੁੰਦਾ ਤੁਹਾਨੂੰ। ਸੋ ਇਹ ਕੰਟਰੋਵਰਸੀ ਦਾ ਜੋ ਰਿਪਲਾਈ ਸੀ ਤੁਹਾਨੂੰ ਮਿਲ ਗਿਆ, ਬਾਕੀ ਉਸ ਸਾਈਡ ਤੋਂ ਵੀ ਕਾਫੀ ਮੈਸੇਜ ਆਏ ਹੈ, ਮਾਫੀ ਮੰਗ ਰਹੀ ਹੈ ਕਿ ਮੇਰੇ ਕੋਲ ਗਲਤੀ ਹੋ ਗਈ ਹੈ, ਮੈਂ ਮੈਂਟਲੀ ਹਰਾਸ ਹੋਈ ਹਾਂ ਜਾਂ ਮੇਰੇ ਦਿਮਾਗ ਨੂੰ ਜੋ ਵੀ ਉਹਨੂੰ ਆਖਿਆ ਏ ਟੂ ਜੈਡ, ਸੋ ਤੁਹਾਡੇ ਸਾਹਮਣੇ ਹੋਏਗਾ, ਅਤੇ ਉਹ ਆਪਣੇ ਘਰ ਆ ਵੀ ਜਾਏਗੀ, ਉਹਦਾ ਘਰ ਹੈ ਨਾ, ਉਹਦੇ ਹਸਬੈਂਡ, ਉਹਦੀ ਸੱਸ, ਉਹਨਾਂ ਦਾ ਆਪਣਾ, ਮੈਂ ਤਾਂ ਇਹ ਕਹੂੰਗੀ ਆਪਣਾ ਤਾਲਮੇਲ ਵਧੀਆ ਹੋ ਜਾਏ। ਸੋ ਮੇਰੇ ਵੱਲੋਂ ਇਹ ਰਿਪਲਾਈ ਸੀਗਾ ਕਿ ਮੇਰੇ 'ਤੇ ਬਿਨਾਂ ਮਤਲਬ ਤੋਂ ਬਹੁਤ ਸਾਰੀਆਂ ਗੱਲਾਂ ਆਈਆਂ, ਬਹੁਤ ਸਾਰੇ ਇੱਦਾਂ ਦੇ ਵਰਡਸ ਐਲੀਗੇਸ਼ਨਸ ਆਏ ਜੋ ਕਿ ਮੈਂ ਨਹੀਂ ਸੀ ਚਾਹੁੰਦੀ ਸਾਹਮਣੇ ਆਉਣਾ, ਲੇਕਿਨ ਜੋ ਮੈਨੂੰ ਬਾਰ ਬਾਰ ਮੈਸੇਜਿਸ ਮੈਸੇਜ ਸੋਚ ਕਰਕੇ ਮੈਂ ਆਈ ਹਾਂ। ਸੋ ਹੱਥ ਜੋੜ ਕੇ ਮੈਂ ਇਹੀ ਬੋਲਾਂਗੀ ਕਿ ਇਸ ਚੀਜ਼ ਨੂੰ ਧਿਆਨ ਨਾਲ ਦੇਖੋ, ਅਤੇ ਆਈਂਦਾ ਪਲੀਜ਼ ਇਸ ਚੀਜ਼ ਨੂੰ ਇੱਥੇ ਖਤਮ ਕਰ ਦਿਓ, ਕਿਉਂਕਿ ਉਹਨਾਂ ਦੀ ਫੈਮਿਲੀ ਵੀ ਡਿਸਪਿਊਟ ਜੋ ਵੀ ਨੋਰਮਲ ਸੀਗਾ ਜਾਂ ਨਹੀਂ ਸੀ ਜੋ ਵੀ ਸੀਗਾ ਖਤਮ ਹੋ ਗਿਆ, ਸਾਰੇ ਠੀਕ ਹੈ ਆਪਸ ਵਿੱਚ, ਅਤੇ ਇਹੀ ਦੁਆ ਕਰਾਂਗੀ ਕਿ ਜੇ ਉਹ ਠੀਕ ਹੈ ਤਾਂ ਅੱਗੇ ਵੀ ਠੀਕ ਰਹਿਣ, ਅਤੇ ਅਕਲ ਕਰਨ, ਦੁਨੀਆ ਤਮਾਸ਼ਾ ਦਿਖਦੀ ਹੈ, ਸਹੀ ਰਸਤਾ ਕੋਈ ਨਹੀਂ ਦੱਸਦਾ। ਸੋ ਪਲੀਜ਼ ਗਾਇਸ ਆਪਣਾ ਪਿਆਰ ਬਣਾ ਕੇ ਰੱਖਿਓ, ਅਤੇ ਆਪਾਂ ਵਲੋਗ ਨੇ ਇੱਥੇ ਕਰਦੇ ਐਂਡ। ਸੋ ਆਈ ਹੋਪ ਤੁਹਾਨੂੰ ਸਾਰੇ ਵਲੋਗ ਇੱਦਾਂ ਪਸੰਦ ਆਏਗਾ, ਲਾਈਕ ਮੈਂ ਸ਼ੇਅਰ ਕਰਨਾ ਨਾ ਭੁੱਲੀ, ਨਵੇਂ ਸਬਸਕ੍ਰਾਈਬ ਕਰਨ ਨਾਲ ਮਿਲਿਓ। ਸੋ ਬਾਏ। अगर तुम लोग नए हो तो सब्सक्राइब करो, वो जो लाल वाला बटन है उस पर फूट फेंक के मारो या फिर मोमबत्ती, मुझे नहीं पता, बस क्लिक हो जाना चाहिए। अब मैं भी जा रहा हूं, मुझे पैसों के पीछे भागना है। बाय।